खबर की नजर। हाँ हाँ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਮਾਨ ਸਾਹਿਬ ਹਸਪਤਾਲ ਤੋਂ ਬਾਹਰ ਆ ਗਏ, ਡਿਸਚਾਰਜ ਕਰਦਾ ਕੱਲ ਉਹਨਾਂ ਨੂੰ। ਇਹ ਗੱਲ ਲੈਣੀ ਹੈ 2 ਵਜੇ ਕੱਲ ਬਾਹਰ ਆ ਗਏ, ਕੀ ਹੋਇਆ, ਕੀ ਡਾਇਗਨੋਜ ਹੋਇਆ, ਸਾਰੀ ਗੱਲਬਾਤ ਆਪਾਂ ਕਰਨੀ ਹੈ ਜਦੋਂ ਆਪਾਂ ਡਿਟੇਲ ਚ ਜਾਵਾਂਗੇ। ਤੇ ਦੂਜੀ ਗੱਲ ਇਹ ਵੀ ਕਰਨੀ ਹੈ ਕਿ ਜਿਹੜੀਆਂ ਇਹ ਚੱਲ ਰਹੀਆਂ ਸੀ ਕਿ ਮਾਨ ਸਾਹਿਬ ਨੂੰ ਹਟਾਇਆ ਜਾ ਰਿਹਾ ਹੈ, ਸਤਵਾ ਸਾਹਿਬ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਇਹ ਤੇ ਬੋਲੇ ਨੇ ਖੇਤੀ ਮੰਤਰੀ, ਕੀ ਕਿਹਾ ਇਹ ਵੀ ਗੱਲ ਬਈ। ਅੱਜ ਕੱਲ ਪੰਚਾਇਤੀ ਚੋਣਾਂ ਨੇ, ਪਰ ਮੈਂ ਹੈਰਾਨ ਹੋ ਗਿਆ, ਬੋਲੀ ਤਾਂ ਲੱਗਦੀ ਸੁਣੀ ਸੀ, 2 ਕਰੋੜ ਤੱਕ ਤਾਂ ਪਹੁੰਚ ਚੁੱਕੀ ਹੈ ਇੱਕ ਪਿੰਡ ਦੀ ਬੋਲੀ 2 ਕਰੋੜ ਤੱਕ। ਤੇ ਕਹਿੰਦਾ ਬੰਦਾ ਆਤਮਾ ਸਿੰਘ ਜਿਹੜੇ ਨੇ 2 ਕਰੋੜ ਦੀ ਦਿੱਤੀ, ਕਹਿੰਦਾ ਜੇ ਹੋਰ ਵੀ ਹੋਈ ਤਾਂ ਮੈਂ ਉਹ ਵੀ ਦੇਣ ਨੂੰ ਤਿਆਰ ਹੈ, ਜੇ ਕੋਈ ਬਰਾਬਰ ਦਾ ਮੇਰੇ ਖੜਦਾ ਹੈ, ਕਿਹੜਾ ਪਿੰਡ ਹੈ, ਕੀ ਚੱਕਰ ਹੈ, ਸੰਵਿਧਾਨ ਦੇ ਮੁਤਾਬਕ ਹੈ ਕਿ ਨਹੀਂ, ਇਹ ਵੀ ਗੱਲ ਕਰਾਂਗੇ। ਕਿ ਬੀਬੀ ਜਗੀਰ ਕੌਰ ਦੀ ਖਬਰ, ਬੀਬੀ ਜਗੀਰ ਕੌਰ ਦੇ ਹੱਕ ਚ ਵੀ ਬੀਬੀ ਕਿਰਨਜੋਤ ਆਏ ਨੇ ਜਾਂ ਸੁਧਾਰ ਲਹਿਰ ਵਾਲੇ ਆਏ ਨੇ, ਔਰ ਅਕਾਲ ਤਖ਼ਤ ਸਾਹਿਬ ਦੀ ਆਲੋਚਨਾ ਹੋ ਰਹੀ ਹੈ, ਜਥੇਦਾਰ ਸਾਹਿਬ ਦੀ ਕਿਉਂ ਹੋ ਰਹੀ ਹੈ, ਇਹ ਖਬਰ ਤੇ ਗੱਲ ਕਰਾਂਗੇ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੀ ਵੱਲੋਂ ਕੱਲ ਇਹ ਐਲਾਨ ਹੋ ਗਿਆ ਕਿ ਅਸੀਂ ਨਵੀਂ ਪਾਰਟੀ ਬਣਾਵਾਂਗੇ, ਕਿਹੜੀ ਪਾਰਟੀ, ਕੀ ਨਾਂ ਹੋਊਗਾ, ਕੀ ਕਹਿੰਦੇ ਨੇ, ਇਹ ਵੀ ਦੇਖਾਂਗੇ। ਕਮਾਲ ਤਾਂ ਇਹ ਵੀ ਹੋਈ ਹੈ ਇੱਕ ਖਬਰ ਦੇ ਕਿ ਜਿਹੜੇ ਵੱਡਾ ਘਰਾਣਾ ਹੈ ਪੰਜਾਬ ਦਾ, ਪੰਜਾਬ ਚ ਕਿੰਨੇ ਕੁ ਇੰਡਸਟਰੀਅਲਿਸਟ ਨੇ, ਉਹਨਾਂ ਚ ਜਿਹੜਾ ਹੈ ਓਸਵਾਲ ਇੱਕ ਵੱਡਾ ਨਾਮ ਹੈ, ਤੇ ਓਸਵਾਲ ਨਾਲ ਵੀ ਠੱਗੀ ਬੱਜ ਗਈ, 7 ਕਰੋੜ ਦੀ ਠੱਗੀ। ਤੇ ਉਹ ਵੀ ਕਿਵੇਂ ਬੱਜੀ, ਕਿਉਂ, ਉਹਦੇ ਪਿੱਛੇ ਕਾਰਨ ਕੀ ਸੀ, ਇਹਨਾਂ ਦੀ ਵੀ ਤਾਂ ਕੋਈ ਕਮੀ ਹੋਊਗੀ ਜਿਹੜਾ ਪੈਸਾ ਦਿੱਤਾ ਠੱਗਾਂ ਨੂੰ, ਇਹ ਵੀ ਗੱਲ ਕਰਾਂਗੇ। ਅੱਜ ਕੱਲ ਚਰਚਾ ਚ ਹੈ ਦਲਜੀਤ ਦੋਸਾਂਝ, ਗਾਇਕੀ ਤੋਂ ਤੌਰ ਤੇ ਉਹਦਾ ਜਿਹੜਾ ਜਿਸ ਤਰੀਕੇ ਨਾਲ ਉਹ ਅੱਜ ਕੱਲ ਐਕਟਿੰਗ ਦੇ ਕਾਰਨ ਵੀ ਚਰਚਾ ਚ ਹੈ, ਬਾਲੀਵੁੱਡ ਬਾਲੀਵੁੱਡ ਸਾਰੇ ਕਿਤੇ। ਤੇ ਕੱਲ ਉਹ ਆਪਣੇ ਪਰਿਵਾਰ ਦੇ ਨਾਲ ਵੀ ਮਿਲਿਆ, ਮਾਂ ਨਾਲ, ਭੈਣ ਨੂੰ ਵੀ ਇੰਟਰੋਡਿਊਸ ਕਰਾਇਆ, ਸਾਰੀ ਗੱਲਬਾਤ ਆਪਾਂ ਕਰਨੀ ਹੈ। ਤੇ ਮਾਲਵਿੰਦਰ ਸਿੰਘ ਮਾਲੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਜੇਲ੍ਹ ਚ, ਤੇ ਕੱਲ ਪਟਿਆਲਾ ਜੇਲ੍ਹ ਦੇ ਬਾਹਰ ਪੰਜਾਬ ਦੇ ਬੁੱਧੀਜੀਵੀ, ਸਮਾਜ ਕਾਰਕੁਨ, ਜਥੇਬੰਦੀਆਂ, ਕਿਸਾਨਾਂ ਦੀਆਂ, ਬਹੁਤ ਸਾਰੇ ਲੋਕ ਕੱਲ ਉੱਥੇ ਮਨੁੱਖੀ ਅਧਿਕਾਰ ਵਾਲੇ ਖੜੇ ਸੀ, ਰੋਸ ਜਿਹੜਾ ਹੈ ਪ੍ਰਗਟ ਕਰ ਰਹੇ ਸੀ। ਖਹਿਰਾ ਸਾਹਿਬ ਵੀ ਆਏ ਸੀ, ਡਾਕਟਰ ਧਰਮਵੀਰ ਗਾਂਧੀ ਵੀ ਉੱਥੇ ਸੀ, ਸਾਰੀ ਗੱਲਬਾਤ ਆਪਾਂ ਕਰਦੇ ਹਾਂ। ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲ ਜਾਣੀ ਹੈ, ਇਲੈਕਸ਼ਨ ਆ ਨਾ ਹਰਿਆਣੇ ਦੀ, 5 ਅਕਤੂਬਰ ਨੂੰ ਉਹਨੇ ਮੰਗੀ ਹੈ 20 ਦਿਨ ਦੀ ਪੈਰੋਲ, ਹੋ ਸਕਦਾ ਮਿਲੀ ਜਾਵੇ, ਇਹ ਵੀ ਦੇਖਦੇ ਹਾਂ। ਆਈਫਾ ਅਵਾਰਡ ਦੀ ਵੀ ਗੱਲ ਕਰਨੀ ਹੈ, ਸ਼ਾਹਰੁਖ ਖਾਨ ਨੂੰ ਇਨਾਮ ਮਿਲਿਆ, ਉਹ ਬੰਦੇ ਨੂੰ ਵੀ ਇਨਾਮ ਮਿਲਿਆ ਜਿਹੜੇ ਹੱਥ ਜੋੜ ਕੇ ਗੁਡਾਸੀ ਮਾਰੀ, ਅਰਜਨ ਬੈਲੀ ਨੇ ਗਾਇਆ ਸੀ, ਪੰਜਾਬੀ ਗਾਇਕ ਭੁਪਿੰਦਰ ਬੱਬਲ ਉਸਨੂੰ ਵੀ ਮਿਲਿਆ। ਹੋਰ ਬਹੁਤ ਸਾਰੀਆਂ ਖਬਰਾਂ ਆਪਾਂ ਕਰਦੇ ਹਾਂ ਗੱਲਬਾਤ ਜਿੰਨਾ ਕੁ ਵਕਤ ਮਿਲਿਆ ਤੁਹਾਡੇ ਨਾਲ, ਲੇਕਿਨ ਪਹਿਲਾਂ ਵੱਡੀ ਖਬਰ ਲੈ ਲਈ ਮਾਨ ਸਾਹਿਬ ਦੀ। ਮਾਨ ਸਾਹਿਬ ਆ ਗਏ ਹਸਪਤਾਲ ਤੋਂ ਬਾਹਰ, ਡਿਸਚਾਰਜ ਹੋ ਗਏ, ਕੱਲ 2 ਵਜੇ ਉਹਨਾਂ ਨੂੰ ਡਿਸਚਾਰਜ ਕਰਤਾ। ਡਾਕਟਰ ਆਰ ਕੇ ਜੈਸਵਾਲ ਜਿਹੜਾ ਉਹਨਾਂ ਨੇ ਦੇਖ ਰਿਹਾ ਸੀ, ਉਹਨਾਂ ਨੇ ਦੱਸਿਆ ਕਿ ਹੁਣ ਉਹ ਠੀਕ ਨੇ। ਤੇ ਫਿਰ ਪੁੱਛਿਆ ਗਿਆ ਕਿ ਹੋਇਆ ਕੀ ਹੈ ਮਾਨ ਸਾਹਿਬ,
ਤੇ ਮਾਨ ਸਾਹਿਬ ਨੂੰ ਇਹ ਬੈਕਟੀਰੀਅਲ ਇਨਫੈਕਸ਼ਨ ਹੈ। ਕਿਹੜੀ ਇਨਫੈਕਸ਼ਨ ਹੈ ਉਹਨੂੰ ਕਹੇ, ਡਾਇਗਨੋਸ ਹੋ ਗਈ ਗੱਲ, ਉਹ ਕਹਿੰਦੇ ਲੈਪਟੋਸਪੀ ਲੈਪਟੋਸਪੀਰੋਸਿਸ। ਮਾਫ ਕਰਨਾ ਕਿਉਂਕਿ ਮੈਂ ਮੈਡੀਕਲ ਦਾ ਬੰਦਾ ਨਹੀਂ, ਹੋ ਸਕਦਾ ਉਚਾਰਨ ਸਹੀ ਨਾ ਹੋਵੇ। ਇਹ ਕਹਿੰਦੇ ਹੋਇਆ ਜੀ, ਇਹ ਕੀ ਹੈ ਲੈਪਟੋਸਪੀਰੋਸਿਸ? ਉਹ ਜੀ ਕਹਿੰਦੇ ਬਹੁਤ ਗੰਭੀਰ ਹੋ ਸਕਦੀ ਹੈ ਬਿਮਾਰੀ, ਮੈਂ ਅੱਗੇ ਜਾ ਕੇ ਇਹਦੇ ਬਾਰੇ ਵੀ ਦੱਸਦਾ ਤੁਹਾਨੂੰ। ਤੇ ਮੋਹਾਲੀ ਦੇ ਫੋਰਟਿਸ ਤੋਂ ਬਾਹਰ ਆ ਗਏ। ਵੈਸੇ ਇਸ ਬਿਮਾਰੀ ਜਿਹਦਾ ਮੈਂ ਜ਼ਿਕਰ ਕੀਤਾ, ਜਿਹਦਾ ਮੈਨੂੰ ਲੱਗਦਾ ਕਿ ਮੈਂ ਉਚਾਰਨ ਠੀਕ ਨਹੀਂ ਕਰ ਸਕਿਆ, ਉਹਦੇ ਵਿੱਚ ਤੇਜ਼ ਬੁਖਾਰ, ਸਿਰ ਦਰਦ, ਪਿੰਡੇ ਦਾ ਦਰਦ ਹੋ ਜਾਂਦਾ ਹੈ, ਬੋਡੀ ਐਚ ਜਿਹਨੂੰ ਕਹਿ ਦਿੰਦੇ ਆ ਆਪਾਂ, ਔਰ ਦਸਤ, ਅੱਖਾਂ ਦੇ ਵਿੱਚ ਉਹਦੀ ਲਾਲੀ ਆ ਜਾਂਦੀ ਹੈ ਬੰਦੇ ਦੇ, ਜਾਂ ਪੀਲੀਆਂ ਹੋ ਜਾਂਦੀਆਂ ਨੇ, ਭੁੱਖ ਨਹੀਂ ਲੱਗਦੀ, ਨੀਲ ਪੈ ਜਾਂਦੇ ਨੇ, ਪਿਸ਼ਾਬ ਰੁਕ ਜਾਂਦਾ ਹੈ, ਜੋੜਾਂ ਚ ਸੋਜਿਸ਼, ਛਾਤੀ ਚ ਦਰਦ, ਸਾਹ ਚੜ੍ਹਨਾ, ਬਹੁਤ ਸਾਰੀਆਂ ਗੱਲਾਂ ਨੇ। ਮੈਂ ਉਹ ਦੇਖਿਆ, ਜਾ ਕੇ ਗੂਗਲ ਕਰਕੇ ਦੇਖਿਆ ਵੀ ਇਹ ਹੈ ਕੀ, ਜੋ ਲੈਪਟੋਸਪੀਰੋਸਿਸ ਹੈ ਇਹ ਹੈ ਕੀ ਆਖਰ, ਜਿਹੜੀ ਮਾਨ ਸਾਹਿਬ ਨੂੰ ਹੋਈ। ਉਹਦੇ ਦੋ ਤਿੰਨ ਪੜਾਅ ਨੇ, ਪਹਿਲੇ ਚ ਤਾਂ ਆਹੀ ਜੋ ਮੈਂ ਦੱਸਿਆ ਸ਼ੁਰੂਆਤ, ਫਿਰ ਜੇ ਸੈਕਿੰਡ ਸਟੇਜ ਤੇ ਆ ਜੇ ਫਿਰ ਤਾਂ ਗੁਰਦੇ ਵੀ, ਫਿਰ ਲਿਵਰ ਵੀ, ਜਿਹਦੇ ਬਾਰੇ ਲਿਵਰ ਬਾਰੇ ਬਾਰ ਬਾਰ ਕਹਿ ਰਿਹਾ ਸੀ ਵਿਕਰਮ ਮਜੀਠੀਆ, ਉਹ ਹੁੰਦਾ। ਇਹ ਹੁੰਦਿਆਂ ਕਿਉਂ ਹੈ? ਇਹ ਬਿਮਾਰੀ ਹੁੰਦੀ ਹੈ ਪਾਣੀ ਤੋਂ, ਜਾਂ ਤਾਂ ਕੋਈ ਪਾਣੀ ਵਾਲੀਆਂ ਖੇਡਾਂ ਖੇਡਦੇ ਨੇ, ਕੋਈ ਸਵਿਮਿੰਗ ਕਰਦਾ ਮੂੰਹ ਚ ਪਾਣੀ ਚਲਾ ਜਾਂਦਾ, ਜਾਂ ਕੋਈ ਜਾਨਵਰਾਂ ਦਾ ਜਿਹੜਾ ਕੰਮ ਕਰਦਾ ਉਹਦੇ ਉਹੋ ਜਿਹੇ ਕਾਰੋਬਾਰ, ਉਹਨਾਂ ਚ ਕੋਈ ਇਨਫੈਕਸ਼ਨ ਹੋ ਜਾਂਦੀ ਹੈ। ਅਸਲ ਦੇ ਵਿੱਚ ਇਹ ਕੁੱਤਿਆਂ ਨੂੰ, ਕੁੱਤੇ ਤੇ ਟੀਕਾ ਵੀ ਲੱਗਦਾ, ਇਹਦਾ ਬੰਦਿਆਂ ਤੇ ਵੀ ਲੱਗਦਾ, ਇਹ ਉਹ ਹੁੰਦਾ ਹੈ ਖਾਸ ਤੌਰ ਤੇ ਜਦੋਂ ਗੰਦਾ ਪਾਣੀ, ਜਿਹੜਾ ਨਾ ਜਾਨਵਰ ਹੁੰਦੇ ਨੇ ਜਿਹੜੇ ਪਾਣੀ ਚ ਪਿਸ਼ਾਬ ਕਰ ਦਿੰਦੇ ਨੇ, ਜਾਂ ਉਹ ਮਿੱਟੀ ਜੀ ਦੇ ਚੋਟਾਂ ਦਾ ਗੰਦ ਰਲ ਜਾਂਦਾ ਹੈ, ਉਹ ਕਿਤੇ ਤੁਹਾਡੇ ਨਾਲ, ਤੁਹਾਡੇ ਹੱਥਾਂ ਨਾਲ ਕਿਤੇ ਚਲਾ ਜਾਵੇ ਤੁਹਾਡੇ ਅੰਦਰ, ਤੇ ਉਹਦੇ ਨਾਲ ਇਹ ਹੁੰਦਾ ਹੈ। ਤੇ ਉੱਥੇ ਸਪਸ਼ਟ ਲਿਖਿਆ ਹੈ ਕਿ ਜੇ ਕੋਈ ਨਦੀਆਂ ਦਾ, ਨਹਿਰ, ਆਮ ਤੌਰ ਤੇ ਆਪਣੇ ਪਿੰਡਾਂ ਚ ਮੈਂ ਦੇਖਿਆ, ਹੁਣ ਤਾਂ ਨਹੀਂ ਮੈਨੂੰ ਪਤਾ ਕਿਉਂਕਿ ਪੋਲਿਊਸ਼ਨ ਬਹੁਤ ਵੱਧ ਗਿਆ। ਅਸੀਂ ਜਦੋਂ ਬਚਪਨ ਸੀ, ਸਾਡੇ ਬਜ਼ੁਰਗ ਤਾਂ ਆਮ ਪਾਣੀ ਪੀ ਲੈਂਦੇ ਸੀ, ਨਹਿਰ ਦਾ, ਚਲੋ ਵੀ ਨਹਿਰ ਦਾ ਨਹਾਉਂਦੇ ਨਹਾਉਂਦੇ ਪਾਣੀ ਵੀ ਪੀ ਲੈਂਦੇ ਸੀ। ਤੋ ਨਹਿਰ ਦਾ ਪਾਣੀ ਪੀਣਾ, ਝੀਲਾਂ ਦਾ ਪਾਣੀ ਪੀਣਾ, ਇਹਦੇ ਨਾਲ ਹੋ ਜਾਂਦਾ। ਹੁਣ ਤੁਸੀਂ ਮਾਨ ਸਾਹਿਬ ਨੇ ਕਿਵੇਂ ਕੀਤਾ ਮੈਨੂੰ ਨਹੀਂ ਪਤਾ, ਪਰ ਪਾਣੀ ਪੀਣ ਵਾਲੀ ਗੱਲ ਤਾਂ ਉਹਨਾਂ ਦੀ ਆਈ ਸੀ। ਸੋ ਉਦੋਂ ਵੀ ਬਿਮਾਰ ਹੋ ਗਏ ਸੀ, ਉਦੋਂ ਵੀ ਹਸਪਤਾਲ ਚ ਇਹ ਰਹੇ ਸੀ। ਸੋ ਕਿਤੋਂ ਵੀ ਹੋਇਆ, ਇਹ ਤਾਂ ਹੈ ਉਹਨਾਂ ਦੀ ਬਿਮਾਰੀ ਦਾ ਹਾਲ, ਠੀਕ ਹੋ ਗਏ। ਲੇਕਿਨ ਦੂਜੀ ਗੱਲ ਇਹ ਹੋਈ ਕਿ ਇਹਨਾਂ ਨੂੰ ਪਤਾ ਲੈਣ ਕੋਈ ਕਿਉਂ ਨਹੀਂ ਗਿਆ, ਇਹ ਵੀ ਚਰਚਾ ਰਹੀ। ਇਹ ਵੈਸੇ ਵੱਡੀ ਚਰਚਾ ਹੈ, ਕਮਾਲ ਹੀ ਹੋਈ ਪਈ ਹੈ ਕਿ ਕਿਸੇ ਨੇ, ਕੱਲ ਜਦੋਂ ਸੰਦੀਪ ਪਾਠਕ ਜਾਂਦਾ ਹੈ, ਉਦੋਂ ਬਾਅਦ ਫਿਰ ਖਬਰਾਂ ਆਉਂਦੀਆਂ ਨੇ, ਫਿਰ ਕਰਤਾਰ ਸਿੰਘ ਸਦਮਾ ਜਾਂਦੇ ਨੇ ਸਪੀਕਰ ਸਾਹਿਬ, ਹਰਪਾਲ ਸਿੰਘ ਚੀਮਾ ਜਾਂਦਾ ਹੈ, ਤੇ ਫਿਰ ਹਰਜੋਤ ਬੈਂਸ ਵੀ ਜਾਂਦਾ ਹੈ, ਤੇ ਉਦੋਂ ਬਾਅਦ ਤਾਂ ਫਿਰ ਇਹਨਾਂ ਦੀ ਜਿਹੜੀ ਹੈ ਸਿਹਤਯਾਬੀ ਲਈ ਗੁਰਮੀਤ ਸਿੰਘ ਖੁਰੀਆ ਕਹਿੰਦੇ ਮੈਂ ਅਰਦਾਸ ਕੀਤੀ ਹੈ। ਕਿੱਥੇ ਕੀਤੀ ਹੈ? ਜਿਹੜਾ ਸਾਹਣੇ ਵਾਲਾ ਗੁਰਦੁਆਰਾ ਸ਼ਹੀਦ ਹੈ, ਉੱਥੇ ਜਾ ਕੇ ਕੀਤੀ ਹੈ। ਇਹ ਬਾਅਦ ਦੀ ਗੱਲ ਹੈ। ਹੁਣ ਉਹ ਕੀ ਕਹਿੰਦੇ ਨੇ ਖੁਰੀਆ ਸਾਹਿਬ, ਜਦੋਂ ਉਹ ਗੁਰਦੁਆਰੇ ਗਏ ਕੱਲ ਸਵੇਰੇ, ਮੱਥਾ ਟੇਕਿਆ, ਦੇਖ ਕਰਾਈ ਗੁਰਦੁਆਰਾ ਸ਼ਹੀਦਾਂ ਸੋਹਾਣਾ ਦੇ ਵਿੱਚ, ਉੱਥੇ ਫਿਰ ਉਹਨਾਂ ਨੇ ਉਹੀ ਗੱਲ ਕਹੀ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ। ਬੜੀ ਲੋਕਾਂ ਨੇ ਮੈਨੂੰ ਬੜੇ ਫੋਨ ਕੀਤੇ
ਕਿ ਜੀ ਤੁਸੀਂ ਸਾਨੂੰ ਸਰਦਾਰ ਕਰਤਾਰ ਸਿੰਘ ਸਿਧਵਾਂ ਬਾਰੇ ਦੱਸਦੇ ਨਹੀਂ, ਤੁਹਾਨੂੰ ਤਾਂ ਪਤਾ ਹੈ। ਦੇਖੋ ਮੈਂ ਕਿਹਾ ਵੀ ਜੇ ਮੈਨੂੰ ਪਤਾ ਹੁੰਦਾ, ਜੇ ਦੱਸਣ ਯੋਗ ਤਾਂ ਮੈਂ ਦੱਸ ਵੀ ਦਿੰਦਾ, ਪਰ ਮੈਨੂੰ ਉਹਦੇ ਬਾਰੇ ਕੁਛ ਨਹੀਂ ਪਤਾ। ਲੇਕਿਨ ਕਹਿੰਦੀ ਜੀ ਸਿਕਿਉਰਿਟੀ ਵਧਾ ਤੀ ਉਹਨਾਂ ਦੀ, ਉਹਨਾਂ ਨੂੰ ਕਾਰਜਕਾਰੀ ਮੁੱਖ ਮੰਤਰੀ ਬਣਾਇਆ ਜਾ ਰਿਹਾ, ਹਰਪਾਲ ਚੀਮਾ ਨੂੰ ਜਿਹੜਾ ਹੈ ਉਪ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ, ਇੱਕ ਹੋਰ ਹਿੰਦੂ ਬਹੁਪਦਾਂ ਨੇ ਜਿੰਨੇ, ਮੈਂ ਤੁਹਾਨੂੰ ਬਹੁਤ ਵਾਰ ਕਿਹਾ ਨਾ ਕਿ ਇਹ ਜਿਹੜੀਆਂ ਕਿਆਸ ਰਾਈਆਂ ਹੁੰਦੀਆਂ ਨੇ ਪੱਤਰਕਾਰਾਂ ਦੀਆਂ, ਤੁੱਕੇ ਲੱਗਦੇ ਹੁੰਦੇ ਨੇ, ਕਦੀ ਪਾਸਾ ਤੀਰ ਵੀ ਲੱਗ ਜਾਂਦਾ, ਜਿਹੜਾ ਤੁੱਕਾ ਤੀਰ ਵੀ ਬਣ ਜਾਂਦਾ, ਨਹੀਂ ਤਾਂ ਆਮ ਤੌਰ ਤੇ ਹੁੰਦਾ। ਫਿਰ ਕੱਲ ਗੁਰਮੀਤ ਸਿੰਘ ਖੁੜੀਆ ਕਹਿੰਦੇ ਇੰਨੇ ਦਿਨਾਂ ਬਾਅਦ ਤੀਜੇ ਚੌਥੇ ਦਿਨ ਕਹਿੰਦੇ ਜੀ ਮੈਂ ਤਾਂ ਉਹਨਾਂ ਦੀ ਸਿਹਤ ਲਈ ਅਰਦਾਸ ਕਰਨ ਆਇਆ ਇੱਥੇ ਗੁਰਦੁਆਰੇ ਚ। ਆਹ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਤੁਸੀਂ ਸੁਣ ਰਹੇ ਹੋ, ਇਹ ਬਿਲਕੁਲ ਗਲਤ ਨੇ, ਅਫਵਾਹਾਂ ਨੇ, ਗਲਤ ਫਹਿਮੀ ਫੈਲਾਉਣ ਲਈ ਛੱਡੀਆਂ ਜਾ ਰਹੀਆਂ ਨੇ, ਵਿਰੋਧੀਆਂ ਵੱਲੋਂ ਛੱਡੀਆਂ ਜਾ ਰਹੀਆਂ ਨੇ। ਮੁੱਖ ਮੰਤਰੀ ਦੇ ਮਾਮਲੇ ਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਥੋੜੀ ਸਿਹਤ ਖਰਾਬ ਹੋਈ ਸੀ, ਇਹ ਗੱਲ ਕਹਿ ਕੇ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਹੈ ਕੰਟਰਾਡਿਕਟ ਕੀਤਾ। ਹੁਣ ਗੱਲ ਇਹ ਨਹੀਂ ਹੈ, ਗੱਲ ਇਹਦਾ ਸਵਾਲ ਉੱਠਦਾ ਹੈ, ਚਰਚਾ ਤਾਂ ਹੁਣ ਵੀ ਅੱਗੇ ਵੱਧ ਗਈ ਕਿ ਸੰਦੀਪ ਪਾਠਕ ਸਾਹਿਬ ਆਏ ਸੀ, ਸੰਦੀਪ ਪਾਠਕ ਇਹ ਕਹਿਣ ਆਇਆ ਸੀ ਤੁਸੀਂ ਅਸਤੀਫਾ ਦੇ ਦਿਓ, ਮਾਨ ਸਾਹਿਬ ਕਹਿੰਦੇ ਮੈਂ ਨਹੀਂ ਦਿੰਦਾ ਅਸਤੀਫਾ, ਤੇ ਮਾਨ ਸਾਹਿਬ ਉਸ ਤੋਂ ਬਾਅਦ ਜਿਹੜਾ ਇਹ ਸਾਰੀਆਂ ਗੱਲਾਂ ਹੀ ਜਿਵੇਂ ਪਹਿਲਾਂ ਚੱਲਦੀਆਂ ਸੀ, ਮਾਨ ਸਾਹਿਬ ਕਹਿੰਦੇ ਮੈਂ ਤਾਂ ਕੰਮ ਕਰੂੰਗਾ। ਲੋਕ ਇਹ ਗੱਲ ਲੋਕ ਵੀ ਕਹਿੰਦੇ ਨੇ, ਵੋਟਾਂ ਤਾਂ ਲੋਕਾਂ ਨੇ ਭਗਵੰਤ ਮਾਨ ਦੇ ਨਾਂ ਤੇ ਪਾਈਆਂ ਨੇ ਨਾ, ਕਿਸੇ ਦਿੱਲੀ ਵਾਲੇ ਦੇ ਨਾਂ ਤੇ ਥੋੜੀ ਪਾਈਆਂ ਨੇ, ਇਹ ਤਾਂ ਕਾਰਨ ਸਾਰੇ ਸਮਝਦੇ ਨੇ। ਜਦੋਂ ਇਹ ਤਾਂ ਇਹ ਗੱਲ ਉਹਨਾਂ ਨੂੰ ਵੀ ਪਤਾ ਹੈ, ਤੁਸੀਂ 17 ਦੀ ਇਲੈਕਸ਼ਨ ਯਾਦ ਕਰੋ, ਉਦੋਂ ਕਹਿੰਦੇ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਤੇ ਮਨੀਸ਼ ਸਿਸੋਦੀਆ ਨੂੰ ਪੁੱਛਿਆ ਵੀ ਇੱਕ ਮੁੱਖ ਮੰਤਰੀ ਦਾ ਚਿਹਰਾ ਕੌਣ ਹੈ, ਕਹਿੰਦੇ ਜੀ ਤੁਸੀਂ ਕੇਜਰੀਵਾਲ ਨੂੰ ਸਮਝੋ, ਲੋਕਾਂ ਨੇ 20 ਤੱਕ ਰੱਖਤਾ ਇੰਨੀ ਸਪੋਰਟ ਦੇ ਬਾਵਜੂਦ, ਐਤਕੀ ਭਗਵੰਤ ਮਾਨ ਦਾ ਨਾਂ ਲਿਆ ਤਾ ਤੇ ਵੋਟਾਂ ਪੈ ਗਈਆਂ। ਲੋਕ ਪੰਜਾਬ ਪੰਜਾਬੀ ਨੂੰ ਚਾਹੁੰਦੇ ਨੇ, ਲੋਕ ਕੋਈ ਵੀ ਹੋਵੇ, ਲੋਕ ਨੀ ਚਾਹੁੰਦੇ ਕਿ ਦਿੱਲੀ ਦੀ ਗੁਲਾਮੀ ਹੋਵੇ, ਇਸ ਤਰ੍ਹਾਂ ਦੀ ਗੱਲ। ਤੇ ਹੁਣ ਖੁੱਡੀਆ ਸਾਹਿਬ ਨੇ ਇਹ ਗੱਲ ਨੂੰ ਕਲੀਅਰ ਕੀਤਾ। ਖੈਰ ਇਹ ਕਿੰਨੀ ਕਿਹੜੀ ਅਫਵਾਹ ਹੁੰਦੀ ਹੈ, ਰਿਊਮਰ ਕਿਹੜੀ ਹੁੰਦੀ ਹੈ, ਸੱਚ ਕਿਹੜਾ ਹੁੰਦਾ, ਇਹ ਸੱਚਮੁੱਚੀ ਇਹ ਸੋਸ਼ਲ ਮੀਡੀਆ ਦੇ ਜ਼ਮਾਨੇ ਚ ਤੁਹਾਨੂੰ ਲੱਭਣਾ ਬੜਾ ਔਖਾ ਹੈ। ਤੁਹਾਨੂੰ ਤਾਂ ਇਹ ਵੀ ਲੱਭਣਾ ਔਖਾ ਹੈ ਜਿਹੜੇ ਆ ਚੈਨਲ, ਜਿਵੇਂ ਸਾਡਾ ਚੈਨਲ ਹੈ, ਜਿਹੜੇ ਸੈਟੇਲਾਈਟ ਚੈਨਲ ਨੇ, ਉਹਦੇ ਚ ਵੀ ਸੱਚ ਲੱਭਣ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਹਰ ਅਖਬਾਰ ਦੀ ਖਬਰ ਵੱਖ ਹੁੰਦੀ ਹੈ, ਹਰ ਚੈਨਲ ਆਪਦੇ ਆਪਦੇ ਐਂਗਲ ਤੋਂ, ਐਂਗਲ ਜਰਨਲਿਜ਼ਮ ਕਹਿੰਦੇ ਨੇ, ਆਪਦੇ ਆਪਦੇ ਨਜ਼ਰੀਏ ਤੋਂ ਆਪਦੇ ਆਪਦੇ ਲੀਡਰਾਂ ਨੂੰ ਕੁਛ ਕਰਨ ਲਈ ਖਬਰਾਂ ਲੋਕ ਦਿੰਦੇ ਨੇ। ਖੈਰ ਹੁਣ ਆਪਾਂ ਮਾਨ ਸਾਹਿਬ ਦੀ ਥੋੜੀ ਜਿਹੀ ਗੱਲ ਅੱਗੇ ਵਧਾਈਏ। ਹੁਣ ਕੀ ਹੈ, ਮਾਨ ਸਾਹਿਬ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਕੁਛ ਨਹੀਂ ਹੋਇਆ, ਬਿਮਾਰੀ ਤੁਹਾਨੂੰ ਦੱਸਤੀ, ਤੇ ਅਨੁਸਾਰ ਉਹ ਹਸਪਤਾਲ 2 ਵਜੇ ਛੁੱਟੀ ਹੋਈ ਹੈ, ਨਾ ਦੀ ਨਾ ਕਹਿੰਦੇ ਅੱਧੀਆਂ ਮੀਟਿੰਗਾਂ ਰੱਖੋ, ਤੇ ਮੀਟਿੰਗਾਂ ਰੱਖੀਆਂ। ਤੇ ਮੀਟਿੰਗਾਂ ਦੇ ਵਿੱਚ ਫਿਰ ਉਹਨਾਂ ਨੇ ਇੱਕ ਤਾਂ ਬੜੀ ਇੰਪੋਰਟੈਂਟ ਮੀਟਿੰਗ ਸੀ, ਹੁਣ ਵੀ ਚਾਹੀਦੀ ਸੀ, ਪਹਿਲੇ ਹੋ ਜਾਂਦੀ, ਤੇ ਜਿਹਦੇ ਚ ਖੁੱਡੀਆ ਸਾਹਿਬ ਲਾਲ ਚੰਦ ਕਟਾਰੂ ਚੱਕ ਇਹ ਸੀ ਝੋਨੇ ਦੀ ਖਰੀਦ ਕਰਨੀ ਹੈ, ਉਧਰੋਂ ਆੜਤੀਏ ਕਹਿੰਦੇ ਅਸੀਂ ਹੜਤਾਲ ਤੇ ਹਾਂ, ਤੇ ਮਤਲਬ ਸੈਲਰ ਮਾਲਕ ਦੁਖੀ, ਆੜਤੀਏ ਵੀ ਦੁਖੀ, ਫੈਡਰੇਸ਼ਨ ਆੜਤੀ ਐਸੋਸੀਏਸ਼ਨ ਸਾਰਿਆਂ ਨਾਲ। ਤੇ ਮਾਨ ਸਾਹਿਬ ਕਹਿੰਦੇ ਕਿਸਾਨਾਂ ਨੂੰ ਅਸੀਂ ਦਾਣਾ ਦਾਣਾ ਚੱਕਾਂਗੇ, ਚੱਕਣੀ ਹੁਣ ਜੇ ਤੁਸੀਂ 185 ਮੀਟ੍ਰਿਕ ਲੱਖ ਟਨ ਦਾ ਟੀਚਾ ਹੈ ਔਰ 41,378 ਕਰੋੜ, ਇਹ ਚੰਗੀ ਗੱਲ ਹੈ ਕਿ ਆਪ ਜੀ ਇਹਨੇ ਪੈਸਾ ਦੇਤਾ, ਔਰ ਇਹ ਵੀ ਕਿਹਾ ਮਾਨ ਸਾਹਿਬ ਨੇ, ਇਹ ਵੀ ਚੰਗੀ ਗੱਲ ਹੈ ਮਾਨ ਸਾਹਿਬ ਦੀ, ਐਪਰੀਸ਼ੀਏਸ਼ਨ ਕਰਨ ਵਾਲੀ ਗੱਲ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ,
ਕਿ ਡੀਸੀ ਜਿਹੜੇ ਨੇ ਨਾ ਉਹ ਹਰ ਰੋਜ਼ ਸੱਤ ਅੱਠ ਮੰਡੀਆਂ 'ਚ ਜਾਣ ਦੇਖਣ ਜਾ ਕੇ, ਤੇ ਤਾਂ ਕਿ ਉੱਥੋਂ ਦੇ ਖਰੀਦ ਪ੍ਰਬੰਧ ਸਹੀ ਹੋਣ, ਸਾਰਾ ਕੁਝ ਸਹੀ ਹੋ ਜਾਊ। ਲੇਕਿਨ ਇਹ ਗੋਡਾਊਨ ਕਿਵੇਂ ਖਾਲੀ ਹੋਣਗੇ ਇਹ ਦੱਸੋ ਮਾਨ ਸਾਹਿਬ, ਤੁਹਾਡੇ ਮੰਤਰੀ ਪਹਿਲਾਂ ਕਿੱਥੇ ਕੀ ਕਰਦੇ ਸੀ? ਆਏ ਸਾਲ ਮੈਂ ਇਹਨਾਂ ਨੂੰ ਇੰਟਰਵਿਊ ਕੀਤਾ, ਜਿਹੜੇ ਤੁਹਾਡੇ ਆੜ੍ਹਤੀ ਐਸੋਸੀਏਸ਼ਨ ਇਹਨਾਂ ਨੂੰ ਲੈ ਕੇ ਚਰਚਾ ਪ੍ਰੋਗਰਾਮ ਕਰਦੇ ਰਹੇ ਆ, ਇਸ ਵਾਰ ਵੀ ਤਿਆਰੀ ਹੈ। ਕਾਰਨ ਕੀ ਹੈ ਕਿ ਬਾਰਦਾਨੇ ਦੀ ਕਮੀ ਜੀ, ਇਹ ਆੜ੍ਹਤੀਆਂ ਦੀਆਂ ਮੁਸ਼ਕਲਾਂ ਨਹੀਂ ਹੱਲ ਹੁੰਦੀਆਂ। ਮਾਨ ਸਾਹਿਬ ਕਹਿੰਦੇ ਆੜ੍ਹਤੀਆਂ ਦੇ ਵੀ ਕਰਨ, ਕਿਹਾ ਉਹਨਾਂ ਨੇ ਹੁੰਦੀਆਂ ਨੇ, ਬਾਅਦ ਦੀ ਗੱਲ ਹੈ, ਲੇਕਿਨ ਕੰਮ ਸ਼ੁਰੂ ਕਰਤਾ। ਹਰਭਜਨ ਸਿੰਘ ਜਿਹੜਾ ਮੰਤਰੀ, ਬਿਜਲੀ ਮੰਤਰੀ ਨਾਲ ਵੀ ਮੀਟਿੰਗ ਕੀਤੀ, ਖੇਤੀ ਵਾਲੇ ਤਾਂ ਤੁਹਾਨੂੰ ਦੱਸਿਆ, ਜਿਹੜੀ ਮਾਨ ਸਾਹਿਬ ਨੇ ਹਸਪਤਾਲ ਤੋਂ ਆ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਾਇਮ ਹੈ ਔਰ ਮੈਂ ਪੰਜਾਬ ਦੇ ਹਿੱਤਾਂ ਦੇ ਨਾਲ ਖੜਾ। ਤੇ ਵੈਸੇ ਵੀ ਜੇ ਕਦੇ ਇਹ ਜੀ ਜੇ ਗੱਲ ਮੰਨ ਵੀ ਲਈਏ, ਜਿਹੜਾ ਸੋਸ਼ਲ ਮੀਡੀਆ ਦਾ ਰੌਲਾ ਪੈਂਦਾ ਨੇ, ਜੇ ਮੰਨ ਵੀ ਲਈਏ ਤੇ ਫਿਰ ਵੀ ਇਹਨਾਂ ਨੇ ਜੋ ਕੀਤਾ ਨਾ, ਜਦੋਂ ਬੰਦਾ ਇਸ ਹਾਲਾਤ ਚ ਆਉਂਦਾ ਹੈ ਤੇ ਪੰਜਾਬ ਚ ਕਿਹਾ ਜਾਂਦਾ ਨਾ, ਫਿਰ ਜਦੋਂ ਬੰਦਾ ਚੱਕਾ ਚੱਕ ਕੇ ਬਹੁਤ ਕੰਮ ਕਰਦਾ, ਫਿਰ ਚਲੋ ਦੇਖਦੇ ਹਾਂ ਕਿਵੇਂ ਹੁੰਦਾ। ਹੁਣ ਆਪਾਂ ਅਗਲੀ ਖਬਰ ਲੈਣੀ, ਬੜੀ ਇੰਪੋਰਟੈਂਟ ਖਬਰ, ਪੰਚਾਇਤਾਂ ਦੀਆਂ ਚੋਣਾਂ ਹੋਣੀਆਂ। ਕਹਿੰਦੇ ਸਰਬਸੰਮਤੀ ਕਰ ਲਓ, ਤੁਹਾਨੂੰ ਅਸੀਂ ਦੇਵਾਂਗੇ 5-5 ਲੱਖ। ਉਹ ਬੜੀ ਕਮਾਲ ਹੋ ਰਹੀ ਹੈ ਸਰਬਸੰਮਤੀ ਦੀ। ਪਹਿਲਾਂ ਤਾਂ ਸਭ ਤੋਂ ਵੱਡੀ ਕਿ ਸਰਬਸੰਮਤੀ ਹੁੰਦੀ ਹੈ ਬੋਲੀ ਨਾਲ। ਬੰਦੇ ਆਉਂਦੇ ਨੇ ਕਿ ਮੈਨੂੰ ਸਰਪੰਚ ਬਣਾਓ, ਮੈਂ ਇੰਨੇ ਪੈਸੇ ਖਰਚ ਦਊ, ਤੇ ਫਿਰ ਉਹ ਪਿੰਡ ਦੇ ਲਈ ਉਹ ਪੈਸਾ ਜਾਂ ਗੁਰੂ ਘਰ ਚ ਜਾਂ ਕੋਈ ਕਮੇਟੀ। ਜਿਵੇਂ ਹੁਣ ਸਭ ਤੋਂ ਵੱਡੀ ਬੋਲੀ ਤੋਂ ਆਪਾਂ ਕੰਮ ਸ਼ੁਰੂ ਕਰਦੇ ਹਾਂ, ਫਿਰ ਆਪਾਂ ਬ੍ਰੇਕ ਲਵਾਂਗੇ, ਇਹ ਖਬਰ ਪੂਰੀ ਬ੍ਰੇਕ ਤੋਂ ਬਾਅਦ ਹੀ ਦੱਸਾਂਗੇ। ਹੁਣ ਉੱਥੇ ਇੱਕ ਪਿੰਡ ਹੈ ਡੇਰਾ ਬਾਬਾ ਨਾਨਕ, ਗੁਰਦਾਸਪੁਰ ਜ਼ਿਲ੍ਹੇ ਦਾ ਡੇਰਾ ਬਾਬਾ ਨਾਨਕ ਬਲਾਕ ਦਾ ਪਿੰਡ ਹੈ, ਪਿੰਡ ਹਰਦੋਵਾਲ, ਵੱਡਾ ਪਿੰਡ ਹੈ, 300 ਕਿੱਲੇ ਜ਼ਮੀਨ ਹੈ ਉਸ ਪੰਚਾਇਤ ਕੋਲ। ਉੱਥੇ ਬੋਲੀ ਕਿੰਨੀ ਪਹੁੰਚੀ? 2 ਕਰੋੜ। ਭਾਰਤੀ ਜਨਤਾ ਪਾਰਟੀ ਦਾ ਕੋਈ ਬੰਦਾ ਹੈ, ਹਾਲਾਂਕਿ ਚੋਣ ਨਿਸ਼ਾਨ ਤੇ ਨਹੀਂ ਲੜਨਾ, ਆਤਮਾ ਸਿੰਘ, ਉਹਨੂੰ ਮੈਂ ਸੁਣ ਰਿਹਾ ਸੀ, ਕਹਿੰਦਾ 2 ਕਰੋੜ ਮੈਂ ਲਾਤੀ ਬੋਲੀ, ਜੇ ਕਹਿੰਦਾ ਇਦੂ ਬਾਅਦ ਕੋਈ ਹੋਰ ਲਾਉਂਦਾ ਮੈਂ ਉਹਨੇ ਉਦੋਂ ਵਧਾਊਂਗਾ, ਜਿੱਥੇ ਮਰਜ਼ੀ ਕੋਈ ਚਲੇ ਜਾਵੇ। ਹੁਣ 2 ਕਰੋੜ ਜਿਹੜਾ ਬੰਦਾ ਲਾ ਰਿਹਾ, ਉਹ ਤਾਂ ਕਹਿੰਦਾ ਵੀ ਅਸੀਂ ਤਾਂ ਪਿੰਡ ਦੇ ਲਈ ਲਾਉਣਾ। ਉੱਥੇ ਇੱਕ ਨੌਜਵਾਨ ਸਭਾ ਬਣੀ, ਉਹਨੂੰ ਫੜਾ ਦੇ ਲੈਣੇ ਪੈਸੇ, ਉਹਦੇ ਖਾਤੇ ਚੋਂ ਰਜਿਸਟਰਡ ਸਭਾ ਹੈ, ਜੋ ਵੀ ਹੈ। ਸਵਾਲ ਵੱਡੇ ਉੱਠਦੇ ਨੇ, ਕਿਤੇ 35 ਲੱਖ, ਕਿਤੇ 40 ਲੱਖ, ਕਿਤੇ 50 ਲੱਖ ਤੱਕ ਬੋਲੀਆਂ ਜਾ ਰਹੀਆਂ ਨੇ। ਪਿੰਡ ਚ ਲੋਕ ਇਕੱਠੇ ਹੁੰਦੇ ਨੇ ਤੇ ਉੱਥੇ ਫਿਰ ਜਿਹਨੇ ਵੀ ਬੋਲੀ ਲਾਉਣੀ ਹੈ ਵੀ ਮੈਨੂੰ ਤੁਸੀਂ ਸਰਪੰਚ ਬਣਾਓ। ਆਮ ਤੌਰ ਤੇ ਪਤਾ ਇਹ ਲੱਗਿਆ ਕਿ 15 ਕੁ ਲੱਖ ਤੋਂ ਸ਼ੁਰੂ ਹੁੰਦਾ ਪਿੰਡ ਦੇ ਹਿਸਾਬ ਨਾਲ, ਵੋਟਰਾਂ ਦੇ ਹਿਸਾਬ ਨਾਲ। ਤੇ ਮੈਂ ਤਾਂ ਤੁਹਾਨੂੰ ਦੱਸਿਆ ਜਿਹੜੀ 2 ਕਰੋੜ ਤੱਕ ਪਹੁੰਚ ਗਈ ਬੋਲੀ, ਤੇ ਪਿੰਡ ਹਰਦੋਵਾਲ ਦੀ, ਤੇ ਉਹ ਕਹਿੰਦਾ ਵੀ ਠੀਕ ਹੈ ਸਾਡੇ, ਅਸੀਂ 2 ਕਰੋੜ ਮੈਂ ਦਿੰਦਾ, ਤੇ ਕੱਲ ਤੱਕ 2 ਕਰੋੜ ਸੀ, ਅੱਜ ਵੀ ਉਹਨਾਂ ਨੇ ਮੌਕਾ ਦਿੱਤਾ ਕਿ ਤੁਸੀਂ ਜੇ ਕਿਸੇ ਨੂੰ ਵਧਾਉਣੀ ਹੈ ਵਧਾ ਲਓ। ਆਤਮਾ ਸਿੰਘ ਹੈ ਵੈਸੇ ਭਾਰਤੀ ਜਨਤਾ ਪਾਰਟੀ ਦਾ, ਹੁਣ ਉਹਨੂੰ ਪੁੱਛਿਆ ਵੀ ਪੈਸਾ ਤੁਹਾਡਾ, ਉਹ ਕਹਿੰਦਾ ਨਹੀਂ, ਮੈਂ ਤਾਂ ਕਹਿੰਦਾ ਪਿੰਡ ਨੂੰ ਲੋੜ ਹੀ ਨਹੀਂ, ਸਾਡੇ ਕੋਲ ਤਾਂ ਆਪ ਹੀ ਦੱਸ ਗਿਆ ਵੀ 300 ਤੋਂ ਉੱਤੇ ਜਗ੍ਹਾ ਦਾ 300 ਕਿੱਕੇ ਪਿੰਡ ਦੀ ਹੋਈ ਹੈ ਸਾਡੇ ਕੋਲ, ਜਿਹੜੀ ਬੜਾ ਅਮੀਰ ਪਿੰਡ ਹੈ, ਤੇ ਫਿਰ ਕਿਉਂ ਇੰਨਾ ਪੈਸਾ ਖਰਚ ਕਰ ਰਿਹਾ ਇਹ ਮੈਂ ਨਹੀਂ ਕਹਿਣਾ, ਪਰ ਕਿਉਂਕਿ ਉਹ ਪੈਸਾ ਜਿਹੜਾ ਖਰਚ ਕਰਨਾ ਹੈ ਉਹ ਇੱਕ ਉੱਥੇ ਸਭਾ ਬਣੀ ਹੈ ਉਹਨੂੰ ਦੇ ਦੇਣਾ। ਬਹੁਤ ਸਾਰੇ ਪਿੰਡਾਂ ਚ ਗੁਰਦੁਆਰੇ ਚ ਫੜਾ ਦਿੰਦੇ ਨੇ ਪੈਸਾ, ਤੇ ਇੱਕ ਇਸ ਤਰ੍ਹਾਂ ਹੀ ਹੈ। ਇੱਕ ਪਿੰਡ ਸਾਦਿਕ ਦੀ ਮੈਂ ਖਬਰ ਦੇਖ ਰਿਹਾ ਸੀ, 600 ਵੋਟਰ ਨੇ ਉੱਥੇ ਉਸ ਪਿੰਡ ਦੇ ਵਿੱਚ। ਉੱਥੇ ਅਵਤਾਰ ਸਿੰਘ ਸੰਧੂ ਕਹਿੰਦਾ ਠੀਕ ਹੈ ਮੈਨੂੰ ਬਣਾ ਦਿਓ,
ਮੇਰੇ ਕੋਲ ਜਿੰਨੀ ਵੀ ਜ਼ਮੀਨ ਉਹ ਚ 2 ਕਿੱਲੇ ਪਏ ਨੇ ਪੰਚਾਇਤ ਦੇ ਨਾਂ ਲਵਾ ਤੀ। ਮਤਲਬ ਸਰਪੰਚੀ ਲਈ ਇਹਨਾਂ ਲੋਕਾਂ ਦੇ ਮਨਾਂ ਚ ਆ ਕੁਛ ਹੈ, ਸ਼ਹਿਰੀਆਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੈ। ਆਏ ਗਹਿਰੀ ਬਿਊਟਰ ਇੱਕ ਪਿੰਡ, ਉੱਥੇ ਨਵਜੋਤ ਸਿੰਘ ਨੇ 60 ਲੱਖ ਤੱਕ ਦੀ ਬੋਲੀ ਦਿੱਤੀ ਹੈ। ਪਰ ਬਹੁਤ ਨੇ, ਇੱਕ ਵੀਡੀਓ ਵਾਇਰਲ ਹੋਈ ਹੈ, ਮੈਂ ਦੇਖ ਰਿਹਾ ਸੀ, 15 ਲੱਖ ਤੋਂ ਬੋਲੀ ਸ਼ੁਰੂ ਹੋਈ, 35 ਲੱਖ ਤੱਕ ਚਲੇ ਗਈ। ਫਿਰ ਇਹ ਤਾਂ ਚੱਲ ਹੀ ਰਿਹਾ ਕੰਮ, ਇਹ ਤਾਂ ਦੱਸਣ ਦੀ ਲੋੜ ਸੀ। ਹੁਣ ਸਵਾਲ ਇਹ ਉੱਠਦਾ ਕਿ ਇਹ ਬੋਲੀ ਜਿਹੜੀ ਹੈ ਇਹ ਸੰਵਿਧਾਨਿਕ ਹੈ, ਇਹਨੂੰ ਨਿਯਮਾਂ ਦੇ ਮੁਤਾਬਕ ਮੰਨਾਂਗੇ, ਕਿਵੇਂ ਰੋਕੋਗੇ ਤੁਸੀਂ? ਸਰਕਾਰ ਇਹਦੇ ਚ ਕੀ ਕਰ ਸਕਦੀ? ਇਹ ਬੋਲੀ ਜਿਹੜੀ ਲਾਉਣੀ, ਇਹਨੂੰ ਸਰਬਸੰਮਤੀ ਬਣਨੀ ਹੈ। ਵੈਸੇ ਸਰਬਸੰਮਤੀ ਹੈ, ਇੱਕ ਪਿੰਡ ਦੇ ਵਿੱਚ ਸਾਰਾ ਕੁਝ ਤਿਆਰ ਸੀ, ਪੈਸਾ ਵੀ ਤਿਆਰ ਸੀ, ਲੇਕਿਨ 3 ਵੋਟਰ ਕਹਿੰਦੇ ਅਸੀਂ ਨਹੀਂ ਮੰਨਦੇ। ਉਹ 3 ਵੋਟਰਾਂ ਕਰਕੇ ਬੋਲੀ ਕੈਂਸਲ ਹੋ ਗਈ। ਤੇ ਕਹਿੰਦੇ ਚਲ ਠੀਕ ਹੈ, ਵੋਟਾਂ ਪਾ ਲਓ। ਸਰਬਸੰਮਤੀ ਤਾਂ ਹੋਈ ਜਾਂਦੀ, ਪੈਸੇ ਨਾਲ ਹੁੰਦੀ ਹੈ। ਤੇ ਇਦੋਂ ਅੱਗੇ ਜਿਹੜਾ ਪੈਸਾ ਲਾਊਗਾ ਉਹ ਫਿਰ ਪੈਸਾ ਕਮਾਊ ਕਿ ਨਹੀਂ, ਇਹ ਅਸਲ ਮਸਲਾ ਤਾਂ ਇਹ 3 ਮਸਲੇ ਹੋ ਗਏ ਨਾ, ਕਿ ਨਿਯਮਾਂ ਦੇ ਮੁਤਾਬਕ, ਗੈਰ ਸੰਵਿਧਾਨਕ ਤੇ ਫਿਰ ਕਰਪਸ਼ਨ। ਇਹ ਹੁਣ ਆਪਣੇ ਪੇਂਡੂ ਭਰਾਵਾਂ ਨੇ ਦੇਖਣਾ ਚੱਲ ਕੀ ਰਿਹਾ, ਹੁਣ ਅੱਗੇ ਵਧੀਆ। ਅਗਲੀ ਖ਼ਬਰ ਕਾਫੀ ਅਹਿਮ ਇਸ ਕਰਕੇ, ਚਰਚਾ ਤਾਂ ਕਈ ਵਾਰੀ ਹੋਈ ਹੈ, ਪਹਿਲੀ ਵਾਰ ਹੁਣ ਲਾਈਮ ਲਾਈਟ ਚ ਆ ਗਈ ਕਹਾਣੀ। ਚਰਚਾ ਤਾਂ ਇਹ ਸੀ ਵੀ ਦੇਖੋ, ਜਦੋਂ ਜਿਹੜੇ ਮਰਜ਼ੀ ਚ ਬੀਬੀ, ਇਕੱਲੇ ਬੀਬੀ ਜਗੀਰ ਕੌਰ ਨੇ ਇਸ ਤਰ੍ਹਾਂ ਹੋ ਜਾਂਦੇ ਸੀ ਕਿ ਇਹ ਜਿਹੜੀਆਂ ਬੀਬੀਆਂ ਨੇ ਜਿਹੜੀਆਂ ਅਕਾਲੀ ਦਲ ਚ ਨੇ, ਕੀ ਇਹ ਵੈਕਸੀਨ ਜਾਂ ਫੇਸ਼ੀਅਲ ਜਾਂ ਜੋ ਵੀ ਕਰਾਉਂਦੇ ਹੁੰਦੇ ਨੇ ਲੇਡੀਜ਼, ਉਹ ਕਰਾਉਂਦੀਆਂ ਨੇ? ਜੇ ਨਹੀਂ ਕਰਾਉਂਦੀਆਂ ਤਾਂ ਗਰੋਥ ਕਿਉਂ ਨਹੀਂ ਹੁੰਦੀ ਇਹਨਾਂ ਦੀ? ਇਹ ਜੇ ਕਰਾਉਂਦੀਆਂ ਨੇ, ਕੀ ਇਹਨਾਂ ਨੂੰ ਰੋਮਾਂ ਦੀ ਬੇਅਦਬੀ ਮੰਨਿਆ ਜਾਵੇ? ਕੋਈ ਪਹਿਲੀ ਵਾਰ ਨਹੀਂ ਉੱਠੀ ਗੱਲ ਉਸੇ ਲਈ। ਹੁਣ ਇਸ ਕਰਕੇ ਅੱਜ ਚਰਚਾ ਚ ਆਈ ਇਹ ਗੱਲ ਕਿ ਬੀਬੀ ਜਗੀਰ ਕੌਰ ਨੂੰ ਇੱਕ ਪੱਤਰ ਲਿਖਿਆ ਅਕਾਲ ਤਖ਼ਤ ਸਾਹਿਬ ਵੱਲੋਂ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਪੱਤਰ ਹੈ, ਮੈਂ ਪੜ੍ਹਿਆ ਪੱਤਰ, ਲਿਖਿਆ ਉਹਨਾਂ ਨੇ, ਇਹਦੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ। 2 ਲੈਣਾ ਉੱਤੇ ਹੋਰ ਨੇ, ਮੈਂ ਵਿੱਚੋਂ ਕੱਢ ਕੇ ਮਤਲਬ ਦੀ ਗੱਲ ਸੁਣਾ ਰਿਹਾ, ਜੋ ਉਹਨਾਂ ਦੀ ਵਰਡਿੰਗ ਉਹੀ ਸੁਣਾ ਰਿਹਾ। ਜਸਪਾਲ ਸਿੰਘ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ ਕਿ ਆਪ ਰੋਮਾਂ ਦੀ ਬੇਅਦਬੀ ਕਰਦੇ ਹੋ ਅਤੇ ਆਪ ਪਰ ਆਪਣੀ ਕੁੜੀ ਮਾਰਨ ਦਾ ਦੋਸ਼ ਵੀ ਹੈ। ਸਿੱਖ ਸੰਗਤ ਦਾ ਇਸ ਵਿੱਚ ਭਾਰੀ ਰੋਸ ਹੈ। ਆ ਚਿੱਠੀ ਤੁਹਾਡੇ ਸਾਹਮਣੇ, ਲਿਖਤੀ ਸਪਸ਼ਟੀਕਰਨ 1 ਹਫ਼ਤੇ ਦੇ ਅੰਦਰ ਅੰਦਰ ਨਿੱਜੀ ਰੂਪ ਚ ਪੇਸ਼ ਹੋ ਕੇ ਦਿਓ। ਹੁਣ ਕੁੜੀ ਮਾਰਨ ਦੀ ਗੱਲ ਤੇ ਇਹ ਉਹਨਾਂ ਨੇ ਇਹ ਕਰਤੀ, ਹਾਲਾਂਕਿ ਜਿਹੜੀ ਬੇਟੀ ਦੇ ਕਤਲ ਵਾਲਾ ਮਾਮਲਾ ਸੀ ਉਹ ਚ ਉਹ ਅਦਾਲਤ ਚੋਂ ਹਾਈਕੋਰਟ ਚੋਂ ਬਰੀ ਹੋ ਚੁੱਕੇ ਨੇ। ਹੁਣ ਇਹ ਮਸਲਾ ਹੈ ਕਿ ਇਹ ਰੋਮਾਂ ਦੀ ਬੇਅਦਬੀ ਕਰਦੇ ਨੇ, ਤਾਂ ਇਹ ਮਸਲਾ ਤੇ ਦੂਜਾ, ਦੋਨੇ ਮਸਲਿਆਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਇਹਦੇ ਚੋਂ ਵਿਵਾਦ ਚੋਂ ਮੈਂ 2 ਬੰਦਿਆਂ ਦੀ ਤੁਹਾਡੇ ਨਾਲ ਗੱਲ ਕਰਕੇ ਬਾਕੀ ਫੈਸਲਾ ਸੰਗਤ ਨੇ ਕਰਨਾ। ਬੀਬੀ ਕਿਰਨਜੋਤ ਕੌਰ, ਉਹ ਉਹਨਾਂ ਨੇ ਵੀ ਇੱਕ ਜਿਹੜਾ ਹੈ ਸੋਸ਼ਲ ਮੀਡੀਆ ਤੇ ਲਿਖਿਆ, ਮੈਂ ਉਹ ਪੜ੍ਹਿਆ, ਉਹ ਕੀ ਕਹਿੰਦੇ, ਕਹਿੰਦੇ ਜਿਹੜੀ ਇਹ ਨਿੱਜੀ ਲੈਵਲ ਤੇ ਜਿਹੜੀ ਗ੍ਰਹਿਤ ਹੁੰਦੀ ਹੈ ਉਹ ਬੰਦੇ ਦੀ, ਉਹ ਗੁਰੂ ਨੂੰ ਜਵਾਬ ਦੇ ਆ ਬੰਦਾ, ਉਹ ਜਥੇਦਾਰ ਨੂੰ ਜਵਾਬ ਦੇ ਨਹੀਂ ਹੈ, ਕਿਸੇ ਵਿਅਕਤੀ ਨੂੰ ਜਵਾਬ ਦੇ ਨਹੀਂ ਹੈ। ਸੋਸ਼ਲ ਮੀਡੀਆ ਤੇ ਜੋ ਉਹਨਾਂ ਨੇ ਲਿਖਿਆ,
ਜਥੇਦਾਰ ਜੋ ਕਰ ਰਹੇ ਨੇ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਕਹਿੰਦੇ ਦੇਖੋ ਅਕਾਲ ਤਖ਼ਤ ਦੇ ਵਿੱਚ ਇਹ ਹੁੰਦਾ ਸੀ ਜਦੋਂ ਕਿਸੇ ਟਾਈਮ ਬਾਹਰਲੇ ਹਮਲਵਰ ਆਉਂਦੇ ਸੀ ਅਕਾਲ ਤਖ਼ਤ ਦੇ ਸਾਰੇ ਇਕੱਠੇ ਹੋ ਜਾਂਦੇ ਸੀ, ਬਾਰਾਂ ਮਿਸਲਾਂ ਆਪਸ ਚ ਲੜਦੇ ਰਹਿੰਦੇ ਸੀ। ਇਹ ਉਹਨਾਂ ਦਾ ਦਲੀਲ ਹੈ ਵੀ ਆਪਸ ਚ ਲੜਦੇ ਰਹਿੰਦੇ ਸੀ ਤੇ ਜਦੋਂ ਵੀ ਕੋਈ ਆਉਂਦਾ ਸੀ ਬਾਹਰ ਇਕੱਠੇ ਹੋ ਕੇ ਗੁਰਮਤਾ ਕਰ ਲੈਂਦੇ ਸੀ, ਲੇਕਿਨ ਆਪਣੀ ਲੜਾਈ ਅਕਾਲ ਤਖ਼ਤ ਤੇ ਨਹੀਂ ਲੈ ਕੇ ਜਾਂਦੇ ਸੀ। ਇਹ ਉਹਨਾਂ ਨੇ ਕਿਹਾ ਅਕਾਲ ਤਖ਼ਤ ਨੂੰ ਸਾਲਸ ਨਹੀਂ ਬਣਾਉਂਦੇ ਸੀ, ਬਚਾਉਣਗੀ ਲਈ ਨਹੀਂ ਵਰਤਦੇ ਸੀ ਤੇ ਇਹ ਕਹਿੰਦੇ ਹੁਣ ਬੀਬੀ ਹੈ ਜਿਹੜੀ ਉਹਦੀ ਰੋਮਾਂ ਦੀ ਬੇਅਦਬੀ ਹੈ। ਇਹ ਬੰਦਾ ਹੋਵੇ ਜੇ ਉਹ ਦਾੜੀ ਕੱਟਦਾ ਹੈ ਦਾੜੀ ਰੰਗਦਾ ਹੈ ਇਹਦੇ ਅਕਾਲ ਤਖ਼ਤ ਤੋਂ ਨਹੀਂ ਬੁਲਾ ਸਕਦਾ, ਹਾਲ ਤੱਕ ਤਾਂ ਕਦੇ ਕਦੇ ਬੁਲਾਇਆ ਨਹੀਂ, ਕੋਈ ਵੀ ਨਹੀਂ। ਆ ਨਵੀਂ ਰੀਤ ਪਾ ਰਹੇ ਹੋ ਤੁਸੀਂ, ਇਹ ਤਾਂ ਕਦੇ ਗਲਤ ਗੱਲ ਹੈ। ਇਹ ਜਥੇਦਾਰ ਦੇ ਦਾਇਰੇ ਚ ਨਹੀਂ ਆਉਂਦੀ, ਇਹ ਬੰਦੇ ਦਾ ਪੰਥਕ ਮਸਲਾ ਥੋੜੀ ਹੈ, ਇਹ ਤਾਂ ਨਿੱਜੀ ਮਸਲਾ। ਗੱਲ ਇੱਥੇ ਆ ਕੇ ਉਹਨਾਂ ਦੀ ਗੱਲ ਚ ਦਮ ਲੱਗ ਕਿ ਕੌਣ ਬੰਦਾ ਕਿਵੇਂ ਰਹਿ ਰਿਹਾ ਹੈ, ਇਹ ਪੰਥਕ ਮਸਲਾ ਨਹੀਂ, ਇਹ ਨਿੱਜੀ ਮਸਲਾ। ਜਿਹੜੀ ਬੀਬੀ ਦੇ ਹੱਕ ਚ ਬੀਬੀ ਕਿਰਨ ਜੋਤ ਆ ਗਈ ਤੇ ਉਹਨਾਂ ਨੇ ਆਲੋਚਨਾ ਕਰਨੀ ਸ਼ੁਰੂ ਕਰਤੀ ਜਿਹੜੀ ਅਕਾਲ ਤਖ਼ਤ ਦੇ ਜਥੇਦਾਰ ਦੀ। ਇਹ ਕਹਿੰਦੇ ਵੀ ਘਟੀਆ ਸਿਆਸਤ ਹੈ ਜਿਹੜੀ ਹੋ ਰਹੀ ਹੈ, ਜਿਹੜੇ ਬੰਦੇ ਸਿਆਸਤ ਜਿਹਨ ਹੁਣ ਉਹਦਾ ਅਟੈਕ ਤੁਸੀਂ ਦੇਖ ਲਓ ਕੀ ਧਿਆਨ ਹੈ, ਉਹਨਾਂ ਦੇ ਮੂੰਹ ਨਹੀਂ ਕਹਿਣਾ ਕਿਉਂਕਿ ਉਹਨਾਂ ਨੇ ਵੀ ਨਾਉਣ ਹੀ ਲਿਆ। ਕਹਿੰਦੇ ਜਿਹੜੇ ਬੰਦੇ ਸਿਆਸਤ ਕਰ ਰਹੇ ਨੇ ਉਹ ਆਪਣੀਆਂ ਧੀਆਂ ਭੈਣਾਂ ਮਾਵਾਂ ਉਹਨਾਂ ਦੇ ਚਿਹਰੇ ਦੇਖ ਲੈਣ, ਉਹ ਦੇਖਣ ਵੀ ਉਹ ਕੀ ਕਰਦੇ ਨੇ। ਮਤਲਬ ਹੁਣ ਬੜੀ ਸਿੰਪਲ ਗੱਲ ਹੈ ਕਿ ਉਹਨਾਂ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਚ ਜਿਹੜੀਆਂ ਬੀਬੀਆਂ ਨੇ ਜਾਂ ਉਹਨਾਂ ਦੀਆਂ ਪਤਨੀਆਂ ਨੇ ਭੈਣਾਂ ਨੇ ਉਹਨਾਂ ਤੇ ਅਟੈਕ ਕਰਤਾ ਵੀ ਉਹ ਵੀ ਰੋਮਾਂ ਦੀ ਬੇਅਦਬੀ ਕਰਦੀਆਂ ਨੇ, ਇਹੀ ਕਿਹਾ ਉਹਨਾਂ ਨੇ। ਤੇ ਜਥੇਦਾਰ ਨੂੰ ਇਹ ਸ਼ਿਕਾਇਤ ਕੂੜੇ ਦੇ ਡੱਬੇ ਚ ਸੁੱਟਣੀ ਚਾਹੀਦੀ, ਡਸਟਬਿਨ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਉਹ ਚ ਸੁੱਟਣੀ ਚਾਹੀਦੀ ਸੀ ਤੇ ਇਹਨਾਂ ਨੂੰ ਮਰਿਆਦਾ ਦਾ ਪਾਠ ਪੜ੍ਹਾਉਣਾ ਚਾਹੀਦਾ ਸੀ ਤੇ ਪਰ ਉਹਨਾਂ ਨੇ ਤਾਂ ਉਹ ਤਾਂ ਮੋਹਰਾ ਬਣ ਗਏ ਜਥੇਦਾਰ ਤੇ ਇਹ ਉਹਨਾਂ ਨੂੰ ਅਜਿਹਾ ਪ੍ਰਭਾਵ ਨਹੀਂ ਦੇਣਾ ਚਾਹੀਦਾ ਕਿ ਉਹਨਾਂ ਦੀ ਪਾਰਟੀ ਬਣ ਕੇ ਉਹਨਾਂ ਦੇ। ਇਹ ਜਿਹੜੀ ਪਹਿਲੀ ਵਾਰ ਜਥੇਦਾਰ ਅਕਾਲ ਤਖ਼ਤ ਨੂੰ ਵੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ, ਹੁਣ ਅੱਜ ਸੁਧਾਰ ਲਹਿਰ ਜਿਹੜਾ ਕਿਰਨ ਜੋਤ ਸੁਧਾਰ ਲਹਿਰ ਨੇ ਵੀ ਬੀਬੀ ਦੇ ਹੱਕ ਚ ਬੋਲਣਾ ਹੀ ਸੀ ਉਹਨਾਂ ਦੀ ਤਾਂ ਇਹ ਪਾਰਟਨਰ ਨੇ। ਹੁਣ ਬੀਬੀ ਜਗੀਰ ਕੌਰ ਦੇ ਕੀ ਕਹਿੰਦੇ ਨੇ, ਗੁਰਪ੍ਰਤਾਪ ਵਡਾਲਾ ਕਹਿੰਦੇ ਇਹਨਾਂ ਨੇ ਕੀ ਲੋੜ ਪਈ ਸੀ, ਇਹ ਕਿਉਂ ਸਿਆਸਤ ਸ਼ੁਰੂ ਕਰਤੀ, ਇਹਨੇ ਅਕਾਲ ਤਖ਼ਤ ਨੇ ਸਿਆਸਤ ਕਿਉਂ ਸ਼ੁਰੂ ਕਰਤੀ। ਜਦੋਂ ਬੀਬੀ ਅਦਾਲਤ ਚੋਂ ਬਰੀ ਹੋ ਗਈ ਉਹਨੇ ਜ਼ਿਆਦਾ ਰੋਮਾਂ ਤੇ ਗੱਲ ਰੱਖੀ ਤੇ ਇਹਨਾਂ ਨੇ ਇਹਦੇ ਕੁੜੀ ਮਾਰਨ ਵਾਲੀ ਗੱਲ ਰੱਖੀ ਤੇ ਹਾਈਕੋਰਟ ਚ 18 ਚ ਕਹਿੰਦੇ ਬਰੀ ਹੋ ਗਈ, 19 ਚ ਲੋਕ ਸਭਾ ਦੀ ਚੋਣ ਲੜੇ ਨੇ ਤੇ ਤੁਸੀਂ ਅੱਜ ਉਹਨਾਂ ਦਾ ਦੁਬਾਰਾ ਮਸਲਾ। ਨਾਲੇ ਕੁੜੀ ਮਾਰ ਦਾ ਮਤਲਬ ਸਾਡੇ ਕਹਿੰਦੇ ਇਹ ਨੀ, ਕੁੜੀ ਮਾਰ ਦਾ ਭਰੂਣ ਹੱਤਿਆ ਨੂੰ ਕਹਿੰਦੇ ਅਸੀਂ, ਇਹ ਗੁਰਪ੍ਰਤਾਪ ਸਿੰਘ ਵਡਾਲਾ ਨੇ ਗੱਲ ਗੱਲ ਮਤਲਬ ਬੜੀ ਸਪਸ਼ਟ ਹੈ ਕਿ ਅਕਾਲ ਤਖ਼ਤ ਸਾਹਿਬ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਤੁਹਾਡਾ ਜਿਹੜਾ ਕਰਮ ਖੇਤਰ ਕੀ ਹੈ। ਬੀਬੀ ਜਗੀਰ ਕੌਰ ਦੇ ਬਹਾਨੇ ਨਾਲ ਵੈਸੇ ਨਿੱਜੀ ਮੈਂ ਜੇ ਕਹਾਂ ਕਿ ਤੁਸੀਂ ਕੋਈ ਮੇਰੀ ਟਿੱਪਣੀ ਕੀ ਹੈ, ਮੈਨੂੰ ਉਹ ਲੱਗਦਾ ਕਿ ਇਸ ਮਾਮਲੇ ਚ ਅਕਾਲ ਤਖ਼ਤ ਸਾਹਿਬ ਨੂੰ ਹੋਰ ਸੋਚ ਵਿਚਾਰ ਕੇ ਇਹ ਚਿੱਠੀ ਲਿਖਣੀ ਚਾਹੀਦੀ ਸੀ। ਇਹ ਸੱਚ ਮੁੱਚੀ ਪੰਥਕ ਮਸਲਿਆਂ ਦੀ ਗੱਲ ਹੋਣੀ ਚਾਹੀਦੀ ਹੈ ਉੱਥੇ, ਇਸ ਤਰ੍ਹਾਂ ਨਹੀਂ। ਖੈਰ ਹੁਣ ਆਪਾਂ ਅਗਲੀ, ਮੈਂ ਹੈਰਾਨ ਹੋ ਗਿਆ ਕੱਲ ਦੇਖੋ 83 ਸਾਲ ਦਾ ਬਜ਼ੁਰਗ ਹੋ ਗਿਆ ਭਾਸ਼ਣ ਦਿੰਦਾ, ਮੈਂ ਦੇਖਿਆ
ਭਾਸ਼ਣ ਦੇ ਰਹੇ ਨੇ, ਸੁਣਿਆ ਜਦੋਂ ਮੈਂ ਉਹਨਾਂ ਨੂੰ, ਤੇ ਹੋਰ ਕਰਕੇ ਚੁੱਪ ਕਰਕੇ। ਇਹ ਕਈ ਵਾਰੀ ਦੇਖਿਆ, ਕਈਆਂ ਨੂੰ ਅਟੈਕ ਹੁੰਦਾ ਦੇਖਿਆ। ਜਦੋਂ ਮਲਕਰਜਨ ਖੜਗੇ ਨੂੰ ਦੇਖਿਆ, ਉਹ JNK ਚ ਚੋਣ ਪ੍ਰਚਾਰ ਕਰ ਰਹੇ ਸੀ, ਜਸਰੋਟਾ ਦੀ ਰੈਲੀ ਸੀ, ਚੁੱਪ ਕਰਕੇ। ਤੇ ਚੰਗੀ ਗੱਲ ਇਹ ਹੋਈ ਕਿ ਨਾਲ ਦੀ ਨਾਲ ਜਿਹੜੇ ਬੰਦੇ ਖੜੇ ਸੀ ਤੇ ਨਾਲ ਸਿਕਿਉਰਿਟੀ ਵਾਲੇ, ਉਹਨਾਂ ਨੇ ਫੜ ਲਿਆ ਤੇ ਕੁਰਸੀ ਤੇ ਬਿਠਾ ਲਿਆ। ਤੇ ਹਾਲੇ ਬੇਹੋਸ਼, ਅਰਧ ਬੇਹੋਸ਼ ਲੱਗਦੀ ਸੀ। ਤੇ ਦੂਜੇ ਸਟੇਟ ਸੈਕਟਰੀ ਨੇ ਇੱਕ ਹੋਰ ਗੱਲ ਕੀਤੀ, ਜਿਹੜਾ ਜਵਾਨ ਸ਼ਹੀਦ ਹੋਇਆ ਉਹਦੇ ਲਈ 2 ਮਿੰਟ ਦਾ ਮੌਨ ਰੱਖਤਾ। ਗੱਲ ਜਿਹੜੀ ਇਸ ਤਰ੍ਹਾਂ 2-2.5 ਮਿੰਟ ਇਹਨਾਂ ਨੂੰ ਮਿਲ ਗਏ, ਪਾਣੀ ਪਿਲਾਇਆ, ਜਿਹੜਾ ਉਹ ਚੱਕਰ ਆਇਆ ਸੀ, ਜੋ ਅਟੈਕ ਆਇਆ ਸੀ ਉਹ ਨਿਕਲ ਗਿਆ। ਤੇ ਉਦੋਂ ਬਾਅਦ ਫਿਰ ਖੜ ਗਏ ਬਜ਼ੁਰਗ। ਬਜ਼ੁਰਗ ਬੜਾ ਦੱਬ ਕੇ ਬੋਲਿਆ, ਕਹਿੰਦਾ ਦੇਖੋ ਮੈਂ ਹੋ ਗਿਆ 83 ਸਾਲ ਦਾ, ਖੜਗੇ ਸਾਹਿਬ ਕਹਿੰਦੇ ਇੰਨੀ ਜਲਦੀ ਨੀ ਮੈਂ ਮਰਦਾ, ਉਦੋਂ ਤੱਕ ਨੀ ਮਰਦਾ ਜਦੋਂ ਤੱਕ ਮੋਦੀ ਹੈ, ਮੋਦੀ ਨੂੰ ਹਟਾ ਕੇ ਮਰੂ। ਮੈਨੂੰ ਸਪਿਟ ਦੇਖ ਕੇ ਮੈਂ ਹੈਰਾਨ ਹੋ ਗਿਆ, ਨਹੀਂ ਤਾਂ ਪਤਾ ਉਹ ਵੀ ਡਰ ਜਾਂਦਾ। ਤੇ ਕਹਿੰਦਾ ਮੈਂ ਨੀ ਮਰਦਾ ਇੰਨੀ ਜਲਦੀ। ਤੇ ਉਹਨਾਂ ਨੇ ਫਿਰ ਬਾਕੀ ਗੱਲਾਂ ਉਦੋਂ ਬਾਅਦ ਕਹੀਆਂ ਵੀ 10 ਸਾਲਾਂ ਚ ਨੌਜਵਾਨਾਂ ਨਾਲ ਜੋ ਧੱਕਾ ਇਹਨੇ ਕੀਤਾ, ਇਹਦੇ ਲਈ ਮੋਦੀ ਜ਼ਿੰਮੇਵਾਰ ਹੈ। ਤੇ ਕਹਿੰਦੇ ਜਿੰਨਾ ਯੋਗਦਾਨ 45 ਸਾਲਾਂ ਚ ਬੇਰੁਜ਼ਗਾਰੀ ਦਾ ਹੈ, ਉਹ ਸਾਰਾ ਇਹਦਾ ਮੋਦੀ ਦਾ ਹੈ ਯੋਗਦਾਨ, ਕਿਹਾ ਬੈਂਕ ਵਜੋਂ ਉਹਨਾਂ ਨੇ। ਤੇ ਕਹਿੰਦੇ ਇਹ ਮੋਦੀ ਸ਼ਾਹ ਸਭ ਇਹਨਾਂ ਦਾ ਕੰਮ ਹੈ ਫੋਟੋ ਲਹਾਉਣਾ, ਭਾਸ਼ਣ ਦੇਣਾ, ਕੰਮ ਨਹੀਂ ਕਰਦੇ ਇਹ ਇੱਕ ਦੂਜੇ ਦੇ, ਜਿਵੇਂ ਅੱਜ ਕੱਲ੍ਹ ਚੱਲ ਰਿਹਾ। ਤੇ ਕਹਿੰਦੇ JNK ਚ ਸਰਕਾਰੀ ਅਸਾਮੀਆਂ 65% ਖਾਲੀ ਪਈਆਂ ਨੇ, ਤੇ ਬੋਲੀ ਜਾਂਦੇ ਝੂਠ ਬੋਲੀ ਜਾਂਦੇ ਨੇ, ਇਸ ਤਰ੍ਹਾਂ ਦੀ ਗੱਲ ਕੀਤੀ। ਇੱਥੇ ਗੱਲ ਲੋਕਤੰਤਰ ਦੀ ਹੋਰ ਵੀ ਦੱਸਦਾ ਕਿ ਮੋਦੀ ਸਾਹਿਬ ਕਹਿੰਦੇ ਮੈਂ ਨੀ ਮਰਦਾ, ਮੋਦੀ ਸਾਹਿਬ ਨੇ ਫੋਨ ਕਰ ਲਿਆ, ਮੋਦੀ ਸਾਹਿਬ ਕਹਿੰਦੇ ਖੜਗੇ ਸਾਹਿਬ ਸਿਹਤ ਕਿਵੇਂ ਹੈ। ਨਹੀਂ, ਇਹ ਲੋਕਤੰਤਰ ਦੀ ਖੂਬਸੂਰਤੀ ਹੈ, ਠੀਕ ਜਾਂ ਗਲਤ ਤਾਂ ਬਾਅਦ ਦੀ ਗੱਲ। ਲਓ ਹੁਣ ਇੱਕ ਨਵੀਂ ਪਾਰਟੀ ਜਨਮ ਲਊਗੀ ਪੰਜਾਬ ਚ, ਇਹ ਪਾਰਟੀ ਦਾ ਨਾਮ ਤਾਂ ਹਾਲੇ ਰੱਖਿਆ ਨੀ, ਪਤਾ ਨੀ ਕਿੰਨੀਆਂ ਪਾਰਟੀਆਂ ਹੋਣ। ਸਰਬਜੀਤ ਸਿੰਘ ਖਾਲਸਾ ਦੀ ਵੀ, ਉਹ ਵੀ ਕਹਿ ਰਹੇ ਉਹਨੇ ਪਾਰਟੀ ਬਣਾਉਣੀ ਹੈ, ਇਕੱਠਿਆਂ ਨੇ ਬਣਾਉਣੀ ਹੈ, ਅਲੱਗ ਅਲੱਗ ਬਣਾਉਣੀ ਹੈ, ਕੁਛ ਨੀ ਪਤਾ। 4 ਸਾਲ ਹੋ ਗਏ ਜਿਹੜਾ ਇਹਨਾਂ ਦੀ ਵਾਰਸ ਪੰਜਾਬ ਜਥੇਬੰਦੀ, ਤੇ ਮੱਥਾ ਟੇਕਣ ਗਏ ਸੀ, ਆਪ ਤਾਂ ਜੇਲ੍ਹ ਚ ਨੇ, ਡਿਬਰੂਗੜ੍ਹ ਚ ਨੇ ਅੰਮ੍ਰਿਤਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਤੇ ਉਹਨਾਂ ਦੇ ਪਿਤਾ ਬਾਪੂ ਤਰਸੇਮ ਸਿੰਘ ਨਾਲ ਉਹਨਾਂ ਦਾ ਫੈਮਿਲੀ। ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਅਰਦਾਸ ਕੀਤੀ, ਗੱਲਾਂ ਠੀਕ ਕੀਤੀ, ਅੱਜ ਵੀ ਮੀਡੀਆ ਚ ਕੀਤੀ ਹੈ। ਕਹਿੰਦੇ ਦੇਖੋ ਪੰਜਾਬ ਨਾਲ ਧੱਕਾ ਤਾਂ ਹੋ ਰਿਹਾ, ਧਾਰਮਿਕ ਤੌਰ ਤੇ ਵੀ ਧੱਕਾ ਹੋ ਰਿਹਾ, ਕੋਈ ਸੁਣਵਾਈ ਨਹੀਂ, ਕਿੰਨੇ ਲੋਕ ਬੈਠੇ ਨੇ, ਬੰਦੀ ਸਿੰਘ ਬੈਠੇ ਨੇ, ਸੁਣਵਾਈ ਸਾਡੀ ਕਿਸੇ ਪਾਸੇ ਨੀ, ਨਾ ਆਰਥਿਕ ਤੌਰ ਤੇ ਧੱਕਾ, ਸਮਾਜਿਕ ਤੌਰ ਤੇ ਧੱਕਾ, ਹਰ ਪਾਸੇ। ਮਤਲਬ ਜਿਹੜਾ ਮਾਨ ਹੈ ਉਹ ਕਹਿੰਦੇ ਕਠਪੁਤਲੀ ਹੈ ਤਾਂ ਕੇਜਰੀਵਾਲ ਦੀ, ਦਿੱਲੀ ਦਾ ਗੁਲਾਮ ਹੈ। ਮਤਲਬ ਇਹਨਾਂ ਨੇ ਕਿਉਂ ਇਹ ਸਾਰਾ ਕੁਛ ਹੋ ਰਿਹਾ, ਕਹਿੰਦੇ ਕਿਉਂਕਿ ਸਾਡੇ ਕੋਲ ਆਪਣੀ ਪਾਰਟੀ ਕੋਈ ਨਹੀਂ ਹੈ। ਜੇ ਕਿਤੇ ਖੇਤਰੀ ਪਾਰਟੀ ਹੋਵੇ ਉਹ ਪੰਜਾਬ ਦੀ ਭਲਾਈ ਕਰੂਗੀ। ਇਹ ਗੱਲ ਕਾਫੀ ਹੱਦ ਤੱਕ ਅਸਲ, ਜਦੋਂ ਇਹ ਗੱਲ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਨਾ ਜੀ, ਉਸ ਵੇਲੇ ਬਾਦਲ ਸਾਹਿਬ ਦੀ ਗੱਲ ਤੇ ਯਕੀਨ ਇਸ ਕਰਕੇ ਨਹੀਂ ਕਿ ਤੁਹਾਡੀ ਖੇਤਰੀ ਪਾਰਟੀ ਇੰਨਾ ਚਿਰ ਦਾ ਰਾਜ ਕਰਦੀ ਰਹੀ, 10 ਸਾਲ ਤੁਸੀਂ ਇਕੱਠਾ ਰਾਜ ਕੀਤਾ, 20-22 ਸਾਲ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਕੀਤਾ, ਉਦੋਂ ਪੰਜਾਬ ਦੇ ਮਸਲੇ ਹੱਲ ਕਿਉਂ ਨੀ ਕੀਤੇ। ਤੇ ਉਹ ਇਸ ਕਰਕੇ ਲੋਕਾਂ ਦੇ, ਉਹਨਾਂ ਕੋਲ ਜਵਾਬ ਨਹੀਂ ਵੀ ਤੁਸੀਂ ਨਿੱਜੀ ਹਿੱਤਾਂ ਦਾ ਕੰਮ ਕੀਤਾ, ਨਿੱਜੀ ਹਿੱਤ ਪਾਲੇ ਨੇ, ਤੇ ਤੁਸੀਂ ਉਹ ਕੰਮ ਨੀ ਕੀਤਾ।
ਹੁਣ ਪਿਛਲੇ ਦਿਨ ਜਦੋਂ ਆ ਮਾਨ ਸਾਹਿਬ ਦੇ ਜਾਣ ਦੀ ਗੱਲ ਸੀ, ਉਦੋਂ ਵੀ ਲੋਕ ਕੰਪੈਰੀਜ਼ਨ ਕਰਦੇ ਸੀ, ਕਹਿੰਦੇ ਜੇ ਭਗਵੰਤ ਮਾਨ ਨੂੰ ਲਾਤਾ ਜਾਊ ਕਿੱਥੇ, ਇਹਦੇ ਕੋਲ ਹੈ, ਇਹਨੇ ਕਿਹੜਾ ਕੁਛ ਬਣਾਇਆ, ਤੇ ਸੁਖਬੀਰ ਸਿੰਘ ਬਾਦਲ ਕੋਲ ਫਿਰ ਲੋਕ ਕੰਪੈਰੀਜ਼ਨ ਕਰ ਲੱਗ ਜਾਂਦੇ ਵੀ ਇੰਨਾ ਟਰਾਂਸਪੋਰਟ, ਇੰਨੇ ਹੋਟਲ, ਇੰਨਾ ਸਭ ਕੁਛ। ਸੋ ਇਹ ਜਿਹੜਾ ਇਹ ਬਾਪੁੱਤਰ ਸੇਮ ਸਿੰਘ ਵੀ ਇਹੀ ਲੌਜਿਕ ਨਾਲ ਕਿ ਪੰਜਾਬ ਦੀ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਖੇਤਰੀ ਪਾਰਟੀ ਤਾਂ ਚਾਹੀਦੀ ਹੈ, ਤੇ ਪਾਰਟੀ ਖੇਤਰੀ ਬਣਾਓ ਕੌਣ, ਚੱਲੂ ਕਿਹੜੀ, ਇਹ ਦੇਖਣ ਵਾਲੀ ਗੱਲ ਹੈ। ਤੇ ਇਹ ਫਿਰ ਕਹਿੰਦੇ ਅਸੀਂ ਪੰਥਕ ਜਿਹੜੀ ਪਾਰਟੀ ਬਣਾਵਾਂਗੇ, ਮਹਾਰਾਜਾ ਰਣਜੀਤ ਸਿੰਘ ਸਾਡਾ ਆਈਡੀਅਲ, ਉਹ ਗੱਲਾਂ ਬਹੁਤ ਨੇ, ਪੈਸਾ ਵੀ ਚਾਹੀਦਾ ਬਣਾਉਣ ਲਈ, ਬੜਾ ਕੁਛ ਚਾਹੀਦਾ। ਖੈਰ ਇਹ ਇੱਕ ਨਵੀਂ ਪਾਰਟੀ ਦਾ ਐਲਾਨ ਕਰਤਾ, ਪਾਰਟੀ ਦੇ ਨੌਂ ਕਹਿੰਦੇ ਬਾਅਦ ਚ ਦੱਸਾਂਗੇ, ਅਰਦਾਸ ਕਰਤੀ ਹੈ, ਇਹ ਤੋਂ ਲੱਗਦਾ ਵੀ ਕੁਛ ਨਾ ਕੁਛ ਡਿਵੈਲਪਮੈਂਟ ਹੋਏਗੀ। ਹੁਣ ਆ ਜਾਓ ਆਪਾਂ ਇੱਕ ਹੋਰ ਖਬਰ, ਬੜੀ ਦਿਲਚਸਪ ਖਬਰ ਲੱਗੀ ਮੈਨੂੰ, ਖਬਰ ਦਿਲਚਸਪ ਇਸ ਕਰਕੇ ਲੱਗੀ ਕਿ ਐਸ ਪੀ ਓਸਵਾਲ ਨੇ, ਸਤਪਾਲ ਸਿੰਘ, ਉਹ ਸਤਪਾਲ ਓਸਵਾਲ ਹੋਣਗੇ, ਐਸ ਪੀ ਓਸਵਾਲ, ਤੇ ਉਹ ਪਦਮ ਭੂਸ਼ਣ ਨੇ ਜੀ, ਇਹ ਅੱਜ ਦਾ ਨੀ 10 ਚ ਮਿਲਿਆ ਸੀ, ਜਿਹੜੀ ਪੁਰਾਣਾ ਵੱਡਾ ਨਾਮ ਹੈ, ਵਰਧਮਾਨ ਗਰੁੱਪ ਹੈ, ਸਾਰੇ ਜਾਣਦੇ ਨੇ, ਖਾਸ ਤੌਰ ਤੇ ਲੁਧਿਆਣੇ ਦਾ ਏਰੀਆ ਜਿਹੜਾ ਹੈ ਨਾ, ਉਹ ਜਾਣਦੇ ਨੇ, ਟੈਕਸਟਾਈਲ ਸਪਿਨਿੰਗ ਕੰਪਨੀ ਹੈ ਇਹਨਾਂ ਦੀ, ਵਰਧਮਾਨ ਜੈਨੀ ਨੇ। ਤੋ ਇਹ ਚੇਅਰਮੈਨ ਸਾਹਿਬ ਨੂੰ ਇੱਕ ਫੋਨ ਆਉਂਦਾ, ਫੋਨ ਵੀ ਅੰਗਰੇਜ਼ੀ ਚ ਆਉਂਦਾ, ਤੇ ਉਹਦੇ ਚ ਇਹਨਾਂ ਨੂੰ ਉਹ ਇਸ ਤਰ੍ਹਾਂ ਡਰਾਉਂਦੇ ਨੇ ਕਿ ਤੁਹਾਡੇ ਬਰੰਟ ਨਿਕਲੇ ਸੁਪਰੀਮ ਕੋਰਟ ਵੱਲੋਂ, ਸੁਪਰੀਮ ਕੋਰਟ ਦਾ ਡਰ ਦਿਖਾਇਆ ਉਹਨਾਂ ਨੂੰ, ਵੀਡੀਓ ਕਾਲ ਕੀਤੀ, ਜਿਹੜਾ ਫਰਜ਼ੀ ਬਰੰਟ ਬਣਾਇਆ ਸੀ ਉਹ ਵੀ ਭੇਜਤਾ, ਵੀ ਆਹ ਦੇਖ ਲਓ, ਦਿਖਾਤਾ ਵੀ ਆਹ ਬਰੰਟ ਆਏ ਨੇ ਤੁਹਾਡੇ, ਜੇ ਹੁਣ ਅਸੀਂ ਤੁਹਾਡੀ ਮਦਦ ਕਰ ਸਕਦੇ ਤਾਂ ਫੋਨ ਕੀਤਾ, ਬਦਨਾਮੀ ਜੇ ਤੁਸੀਂ ਬਚਾਉਣੀ ਆ ਆਪਦੀ, ਨਾ ਤੁਹਾਨੂੰ ਫੜੀਏ ਤਾਂ ਫਿਰ ਤੁਸੀਂ ਪੈਸਾ ਦਿਓ। ਮਾਮਲਾ ਵੀ ਪ੍ਰੋਪਰਟੀ ਸੀਲਿੰਗ ਦਾ ਸੀ, ਤਾਂ ਫਿਰ ਇਹ ਡਰ ਗਿਆ ਜੀ ਉਸ ਵਾਰ, ਹੁਣ ਤੁਸੀਂ ਦੇਖ ਲਓ, ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜ ਤਾਂ ਕੀਤੀ ਹੋਈ ਹੈ ਇੱਧਰੋਂ ਵੀ, ਤਾਂ ਹੀ ਡਰਦਾ ਨਾ ਬੰਦਾ, ਜੇ ਤਾਂ ਕਾਨੂੰਨੀ ਤੌਰ ਤੇ ਠੀਕ ਹੋਵੇ। ਤੇ ਉਹਨੇ ਜੀ 7 ਕਰੋੜ ਚ ਸੌਦਾ ਹੋ ਗਿਆ, ਅਲੱਗ ਅਲੱਗ ਖਾਤਿਆਂ ਚ ਪੈਸੇ, ਜਦੋਂ ਜਿਹੜਾ ਨਾ 4 ਕਰੋੜ ਰਹਿ ਗਿਆ ਸੀ ਪਿਆਉਣ, ਤੇ ਉਸ ਵੇਲੇ ਉਸ ਵਾਲ ਨੇ ਆਪਣੇ ਮੈਨੇਜਰ ਨੂੰ ਪੁੱਛਿਆ ਵੀ ਆਹ ਐਂ ਕਰਕੇ ਹੁੰਦਾ, ਹੁਣ ਵੱਡੀਆਂ ਕੰਪਨੀ ਦੇ ਮੈਨੇਜਰ ਸਿਆਣੇ ਹੁੰਦੇ ਨੇ, ਉਹ ਕਹਿੰਦੇ ਇਹ ਤਾਂ ਗੜਬੜ ਲੱਗਦੀ, ਉਹਨੇ ਪੁਲਿਸ ਨਾਲ ਗੱਲ ਕੀਤੀ ਤੇ ਗੱਲ ਉਹੀ ਨਿਕਲੀ ਵੀ ਉਹ ਤਾਂ ਠੱਗ ਨੇ, ਤੇ ਠੱਗ ਉਹਦਾ ਫਿਰ ਇਹ ਹੋਇਆ ਕਿ ਨਾ ਦੀ ਨਾਲ ਐਕਸ਼ਨ, ਵੱਡੇ ਬੰਦੇ ਦਾ ਜਦੋਂ ਅਮੀਰ ਬੰਦੇ ਦਾ ਹੋਵੇ ਨਾ ਦੀ, ਪੰਜਾਬ ਤਾਂ ਅਮੀਰਾਂ ਦੀ ਲਿਸਟ ਚ ਆਉਂਦੇ ਹੀ ਨੇ ਇਹ, ਤੇ ਦੋ ਬੰਦੇ ਫੜੇ ਵੀ ਗਏ, ਆਸਾਮ ਤੋਂ ਫੜੇ ਗਏ, 6 ਨੇ ਟੋਟਲ, ਤੇ ਗ੍ਰਿਫਤਾਰ ਕਰ ਲਏ। ਇਹ ਠੱਗੀ ਬੱਜੀ, ਹੁਣ ਇਹ ਠੱਗੀ ਨੂੰ ਤੁਸੀਂ ਕਿੰਨੇ ਸਮਝਦੇ ਹੋ, ਠੱਗੀ ਵੀ 7-6 ਕਰੋੜ ਬਰਾਮਦ ਵੀ ਹੋ ਗਿਆ, ਮਿਲ ਵੀ ਗਿਆ, ਜਿਹਦੀ ਹਾਲਾਤ ਇਹ ਨੇ, ਇਹ ਠੱਗੀ ਤਾਂ ਬੱਜੀ ਕਿ ਕਿਤੇ ਨਾ ਕਿਤੇ ਗੈਰ ਕਾਨੂੰਨੀ, ਤਾਂ ਹੀ ਬਰਾਂਟ ਨਿਕਲੀ, ਤਾਂ ਹੀ ਮੰਨੇ ਨਾ ਆਏ, ਇਹ ਵੀ ਐਂਗਲ ਹੈ ਖਬਰ ਦਾ। ਖੈਰ ਹੁਣ ਆਪਾਂ ਅਗਲੀ ਖਬਰ ਜਿਹੜੀ ਹੈ, ਅਗਲੇ ਹਿੱਸੇ ਚ ਜਿਹੜੀਆਂ ਖਬਰਾਂ ਲੈਣੀਆਂ ਨੇ, ਅਸਲ ਉਹਨਾਂ ਵੱਲ ਨੂੰ ਵਧੀਏ। ਅਗਲੇ ਹਿੱਸੇ ਚ ਦੇਖੋ ਅਸੀਂ ਗੱਲ ਕਰਾਂਗੇ ਦਲਜੀਤ ਦੀ, ਦਲਜੀਤ ਦਸਾਂਝ, ਮਾਨਚੈਸਟਰ ਚ ਜਿਹੜਾ ਸ਼ੋ ਅੱਜ ਕੱਲ੍ਹ ਚੱਲ ਰਿਹਾ ਨਾ, ਦਿਲ ਲੁਮਿਨਾਟੀ ਸ਼ੋ ਚੱਲ ਰਿਹਾ, ਉਹ ਪੰਜਾਬ ਚ, ਇੰਡੀਆ ਚ ਵੀ ਹੋਣਾ ਇਹ, ਦੱਸੋ, ਤੇ ਇਹ ਮਾਨਚੈਸਟਰ ਚ ਹੋ ਰਿਹਾ ਸੀ,
ਪਹਿਲੀ ਵਾਰ ਲੋਕਾਂ ਨੂੰ ਇਹਨੇ ਦੱਸਿਆ ਕਿ ਮੇਰੀ ਮਾਂ ਤੇ ਭੈਣ ਜਦੋਂ ਇਹ ਸ਼ੋਅ ਦੇਖਣ ਗਈਆਂ, ਮਿਲਾਇਆ ਲੋਕਾਂ ਨਾਲ, ਭਾਵੁਕ ਹੋ ਗਿਆ ਬੰਦਾ। ਨਾਲੇ ਤਾਂ ਜਿਹੜੇ ਕਲਾਕਾਰ ਹੁੰਦੇ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਨੇ, ਜ਼ਿਆਦਾ ਭਾਵੁਕ ਹੁੰਦੇ ਨੇ ਕਿ ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ, ਜਾਨ ਤੇਰੇ ਕਦਮਾਂ ਚ ਰੱਖੀ ਹੋਈ ਹੈ। ਹੁਣ ਇਹ ਮਾਂ ਕਹਿ ਰਹੀ ਹੈ ਜਾਂ ਮਤਲਬ ਦਲਜੀਤ ਕਹਿ ਰਿਹਾ ਇਹ ਨਹੀਂ ਪਤਾ, ਪਰ ਇਹ ਗਾਣਾ ਸੁਖਵਿੰਦਰ ਕੌਰ ਹੈ ਉਹਨਾਂ ਦੀ ਮਾਂ ਤੇ ਜੱਫੀ ਪਾਈ ਮਾਂ ਨੇ ਮੱਥਾ ਚੁੰਮਿਆ ਸਾਰਾ। ਅਸਲ ਇਹ ਗੱਲ ਅੱਗੇ ਜਾ ਕੇ ਦੱਸਦਿਆਂ ਕਿ ਇਹਨੂੰ ਇਹਦੇ ਬੱਚਾ ਸੀ ਜਦੋਂ ਇਹਨੂੰ ਮਾਂ ਪਿਓ ਤੋਂ ਅਲੱਗ ਕਿਉਂ ਕੀਤਾ ਗਿਆ, ਕੀ ਇਹਨੇ ਆਪ ਹੀ ਦੱਸਿਆ ਇੱਕ ਪੋਡਕਾਸਟ ਚ, ਉਹ ਵੀ ਗੱਲ ਕਰਾਂ। ਦੂਜੀ ਖਬਰ ਜਿਹੜੀ ਆਪਾਂ ਲੈਣੀ ਹੈ ਡਿਟੇਲ ਚ, ਉਹ ਹੈ ਮਾਲਵਿੰਦਰ ਮਾਲੀ ਦੀ। ਮਾਲੀ ਦੇ ਹੱਕ ਦੇ ਵਿੱਚ ਕੇਸ ਨੂੰ ਰੱਦ ਕਰਾਉਣ ਲਈ ਪਟਿਆਲਾ ਜੇਲ੍ਹ ਦੇ ਵਿੱਚ ਜਿੱਥੇ ਬੰਦ ਹੈ ਉੱਥੇ ਕਾਫੀ ਇਕੱਠ ਹੋਇਆ, ਕਾਫੀ ਲੋਕ ਇਕੱਠੇ ਹੋਏ ਤੇ ਬੁੱਧੀਜੀਵੀ ਸੀ, ਸਮਾਜਿਕ ਕਾਰਕੁਨ ਸੀ, ਜਬੋਰੀ ਜਥੇਬੰਦੀਆਂ ਸੀ, ਕਿਸਾਨ ਜਥੇਬੰਦੀਆਂ, ਇਹ ਸਭ ਕੇਂਦਰੀ ਜੇਲ੍ਹ ਦੇ ਸਾਹਮਣੇ ਖੜੀਆਂ ਸੀ। ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ, ਡਾਕਟਰ ਦਰਸ਼ਨ, ਬਹੁਤ ਸਾਰੇ ਲੋਕ ਸੀ। ਬਾਕੀ ਆਪਾਂ ਅਗਲੇ ਹਿੱਸੇ ਚ ਲੈਂਦੇ ਹਾਂ। ਗੁਰਬੀਤ ਰਾਮ ਰਹੀਮ, ਇਹਦੇ ਫਿਰ ਪੈਰੋਲ ਮੰਗ ਲਈ, ਇਲੈਕਸ਼ਨ ਆ ਬਈ, ਵੋਟਾਂ ਵੀ ਪਾਉਣੀਆਂ ਨੇ, ਹਰ ਹੀਲਾ ਭਾਰਤੀ ਜਨਤਾ ਪਾਰਟੀ ਵਰਤੂ। ਲੱਗਦਾ ਹੈ ਕਿ ਉਹ ਤਾਂ ਜੇ ਨਾਂ ਦੀ ਨਾਲ ਅਚਨਚੇਤ ਤੇ ਜ਼ਰੂਰੀ, ਇਹਦੀ ਚਿੱਠੀ ਤੇ ਲਿਖਿਆ ਅਚਨਚੇਤ ਤੇ ਜ਼ਰੂਰੀ, ਕਿਆ ਬਾਤ ਹੈ, ਦੇਖੋ ਕੀ ਬਣਦਾ ਹੈ। ਆਈਫਾ ਅਵਾਰਡ ਦੀ ਵੀ ਗੱਲ ਕਰਨੀ ਹੈ, ਜਿਹਦੇ ਚ ਸ਼ਾਹਰੁਖ ਖਾਨ ਨੂੰ ਮਿਲਿਆ, ਰਣਵੀਰ ਕਪੂਰ ਹੈ, ਭੁਪਿੰਦਰ ਬੱਬਲ ਹੈ, ਉਹ ਵੀ ਮੈਂ ਦੱਸਿਆ ਸੀ ਹੱਥ ਜੋੜ ਕੇ ਗੁਲਾਸੀ ਮਾਰੀ, ਅਰਜਨ ਵੈਲੀ ਨੇ ਉਹ ਗਾਣਾ ਗਾਉਣ ਵਾਲਾ, ਇਹ ਸਾਰੀ ਗੱਲਬਾਤ ਆਪਾਂ ਕਰਦੇ ਹਾਂ। ਲਾਅ ਯੂਨੀਵਰਸਿਟੀ ਵਾਲੀ ਖਬਰ ਦੀ ਫਾਲੋਅਪ ਲਵਾਂਗੇ। ਲਾਅ ਯੂਨੀਵਰਸਿਟੀ ਚ ਪਹੁੰਚੇ ਨੇ ਡਾਕਟਰ ਧਰਮਵੀਰ ਗਾਂਧੀ, ਕੱਲ ਧਰਨੇ ਤੇ ਬੈਠੇ ਨਾਅਰੇ ਲਾ ਰਹੇ ਸੀ, ਜਿਹੜੀ ਕੱਲ ਤਾਂ ਧਰਨਿਆਂ ਦਾ ਦਿਨ ਸੀ ਗਾਂਧੀ ਦਾ, ਨਾਲ ਹੀ ਤਾਂ ਸੀ। ਆ ਕੇਂਦਰੀ ਜੇਲ੍ਹ ਤੋਂ ਉੱਠੇ, ਥੋੜੇ ਅੱਗੇ ਚਲੇ ਗਏ, ਉੱਥੇ ਜਾ ਕੇ ਮਤਲਬ ਇਹੀ ਲੀਡਰ ਦਾ ਹੁੰਦਾ ਕੰਮ, ਉਹ ਕੀਤਾ ਉਹਨਾਂ ਨੇ। ਕੈਨੇਡਾ ਦੇ ਕਿਊਬਕ ਸੂਬੇ ਦੇ ਵਿੱਚ, ਇਹ ਨਹੀਂ ਕਿ ਇਕੱਲਾ ਆਪਾਂ ਤਾਂ ਖਬਰਾਂ ਐਂ ਬਣਾ ਦਈਏ ਪੱਗ ਬੰਨਣ ਤੇ ਪਾਬੰਦੀ, ਅਸਲ ਉਹਨਾਂ ਨੇ ਜੋ ਵੀ ਧਾਰਮਿਕ ਚਿੰਨ੍ਹ ਹੈ ਕਿਸੇ ਦਾ ਵੀ ਕੰਮ ਤੇ ਨਹੀਂ, ਹਿਜਾਬ ਨਹੀਂ ਪਾ ਸਕਦੇ ਤੇ ਤੁਸੀਂ ਪੱਗ ਵੀ ਨਹੀਂ ਬੰਨ ਸਕਦੇ, ਤੇ ਉਹ ਇਹ ਗੱਲ ਹੈ। ਸਿੱਖਾਂ ਨੂੰ ਵੀ, ਬਾਕੀਆਂ ਨੂੰ ਵੀ ਤਾਂ ਇਹਦਾ ਚਾਹੁੰਦਾ। ਹੋਰ ਆਪਾਂ ਨੂੰ ਹੋਰ ਖਬਰਾਂ ਨੇ ਬਹੁਤ ਦੇਖੋ, ਹਰ ਰੋਜ਼ ਹਾਈ ਕੋਰਟ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਝਾੜ ਵੀ ਪਾਉਂਦੀ ਹੈ, ਲੋਕਾਂ ਨੂੰ ਦੱਸਦੀ ਵੀ ਹੈ, ਅਵੇਅਰ ਵੀ ਕਰਦੀ ਹੈ। ਮੈਨੂੰ ਤਾਂ ਹੈਰਾਨੀ ਹੁੰਦੀ ਹੈ ਜਦੋਂ ਵਕੀਲ ਇਹੋ ਜਿਹਾ ਕੁਛ ਕਰਦੇ ਨੇ। ਹੁਣ ਕੱਲ੍ਹ ਇੱਕ ਕੇਸ ਆਇਆ ਸੀ, ਵਕੀਲ ਦਾ ਸੀ, ਤੇ ਕੋਰਟ ਨੂੰ ਇਹ ਕਹਿਣਾ ਪਿਆ ਕਿ ਜਿਹੜੀਆਂ ਤੁਸੀਂ ਮੰਗਦੇ ਹੋ ਨਾ ਸਿਕਿਉਰਿਟੀ, ਇਹ ਸਟੇਟਸ ਸਿੰਬਲ ਨਹੀਂ ਹੈ। ਅੱਗੇ ਪੁਲਿਸ ਵਾਲੇ ਤਾਂ ਘੱਟ ਨੇ, ਲਾਅ ਐਂਡ ਆਰਡਰ ਦੀ ਸਥਿਤੀ ਲਈ ਇਹ ਕੋਰਟ ਕਹਿ ਰਹੀ ਹੈ ਕਿ ਪੁਲਿਸ ਵਾਲਿਆਂ ਦੀ ਨਫਰੀ ਪਹਿਲਾਂ ਹੀ ਘੱਟ ਹੈ, ਤੇ ਨਾਲ ਉਹਦੀ ਜਿਹੜੀ ਪਟੀਸ਼ਨ ਰੱਦ ਕੀਤੀ। ਕੌਣ ਹੈ ਜਿਹਦੀ ਪਟੀਸ਼ਨ ਰੱਦ ਕੀਤੀ, ਕਿਹਨੂੰ ਕਿਹਾ, ਕਿਹਨੂੰ ਝਾੜ ਪਾਈ? ਉਹ ਹੈ ਦਵਿੰਦਰ ਰਾਜਪੂਤ। ਦਵਿੰਦਰ ਰਾਜਪੂਤ ਕੌਣ ਹੈ? ਇਹਦਾ ਦਾਅਵਾ ਹੈ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਲੀਗਲ ਸੈੱਲ ਦਾ ਪ੍ਰਧਾਨ ਹੈ। ਮਤਲਬ ਇਹੀ ਕਰਦੇ ਨੇ ਜ਼ਿਆਦਾ, ਕੋਈ ਹਿੰਦੂ ਸੰਗਠਨ, ਕੋਈ ਸ਼ਿਵ ਸੈਨਾ, ਵੀ ਮੈਨੂੰ ਅੱਤਵਾਦੀਆਂ ਤੋਂ ਖਤਰਾ ਹੈ। ਹੁਣ ਇਹਨੇ ਕੀ ਮੰਗਿਆ ਸੀ? ਕਹਿੰਦੇ ਮੈਨੂੰ 5 ਕਮਾਂਡੋ ਦਿਓ, ਮਤਲਬ ਜਿਪਸੀ ਦਿਓ, ਮੇਰੇ ਅੱਗੇ ਪਿੱਛੇ ਜਾਵੇ, ਇਹ ਹੈ।
ਇਹਨੇ ਦਲੀਲ ਦਿੱਤੀ ਸੀ, ਆਪ ਵਕੀਲ ਹੈ, ਕਿ 22 ਚ ਮੈਂ ਇਲੈਕਸ਼ਨ ਲੜੀ ਸੀ, ਉਦੋਂ ਬਾਅਦ ਮੇਰਾ ਵਿਰੋਧ ਹੋਇਆ। ਹਾਲਾਂਕਿ ਇਹਦੇ ਕੋਲ ਪਹਿਲਾਂ ਹੀ ਸਿਕਿਉਰਿਟੀ ਹੈ, ਦੋ ਬੰਦੇ 24 ਘੰਟੇ ਰਹਿੰਦੇ ਨੇ, ਕੋਰੋਨਾ ਨਹੀਂ ਸਰਦਾ ਇਹਨੂੰ, ਮਤਲਬ ਵੱਡਾ ਲੀਡਰ ਹੋ ਗਿਆ ਨਾ, ਤੇ ਕਿਹੜੇ ਗੈਂਗਸਟਰ ਤੋਂ ਖਤਰਾ, ਕਿਹੜਾ ਅੱਤਵਾਦੀ ਇਹਨੂੰ ਮਾਰਨ ਨੂੰ ਫਿਰਦਾ, ਇਹਦੇ ਕੁਛ ਨਹੀਂ ਦੱਸਿਆ। ਕੋਰਟ ਨੇ ਫਿਰ ਝਾੜ ਪਾਈ, ਵਿਹਲੇ ਨੇ ਪੁਲਿਸ ਵਾਲੇ, ਲਾ ਐਂਡ ਆਰਡਰ ਵੀ ਦੇਖਣਾ, ਤੁਸੀਂ ਆਪਣੇ ਸਟੇਟਸ ਸਿੰਬਲ ਲਈ ਮੰਗੀ ਜਾਂਦੇ ਹੋ। ਬਹੁਤ ਵਧੀਆ ਕੀਤਾ ਜਿਹੜਾ ਹਾਈ ਕੋਰਟ ਨੇ, ਬਾਕੀਆਂ ਨੂੰ ਵੀ ਕੰਮ ਹੋ ਜਾਣੇ ਚਾਹੀਦੇ। ਹੁਣ ਖਬਰ ਮਾਲਵਿੰਦਰ ਸਿੰਘ ਮਾਲੀ ਦੀ। ਦੇਖੋ ਮਾਲਵਿੰਦਰ ਸਿੰਘ ਮਾਲੀ, ਵੈਸੇ ਤਾਂ ਜੇ ਮਾਲੀ ਦੀ ਆਪਾਂ ਦੇਖੀਏ, ਇਹ ਸਟੂਡੈਂਟਸ ਪੋਲਿਟਿਕਸ, ਉਹ ਵੀ ਖੱਬੇ ਪੱਕੇ, ਪੈਗਾਮ ਦਾ ਰਿਟਰਨ ਹੈ ਔਰ ਬਹੁਤ ਐਕਟਿਵ ਹੈ। ਉਦੋਂ ਬਾਅਦ ਟੌੜਾ ਸਾਹਿਬ ਨਾਲ ਚਲਿਆ ਗਿਆ, ਟੌੜਾ ਸਾਹਿਬ ਦਾ ਇੱਕ ਕਿਸਮ ਦਾ ਐਡਵਾਈਜ਼ਰੀ ਸਮਝ, ਬਹੁਤ ਐਕਟਿਵ ਸੀ, ਤੇ ਫਿਰ ਕਈ ਥਾਵਾਂ ਤੇ ਕੰਮ ਕੀਤਾ। ਜਦੋਂ ਟੌੜਾ ਸਾਹਿਬ ਦੀ ਥੋੜੀ ਪਾਵਰ ਚ ਆਏ, ਪੰਜਾਬੀ ਯੂਨੀਵਰਸਿਟੀ ਦੇ PR ਵੀ ਰਹੇ, ਤੇ ਉਸ ਤੋਂ ਬਾਅਦ ਇਹਦਾ ਆਪਣਾ ਕੇਡਰ ਸਕੂਲ ਟੀਚਰ ਸੀ, ਉਦੋਂ ਵੀ ਇਹਦੇ ਜਿਹੜਾ ਹੈ ਕੋਈ ਨਾ ਕੋਈ ਪੰਗਾ ਰਹਿੰਦਾ ਸੀ, ਲੇਕਿਨ ਕਿਉਂਕਿ ਬੇਵਾਕੀ ਨਾਲ ਬੋਲਦਾ, ਪੰਜਾਬ ਦੇ ਹੱਕਾਂ ਲਈ ਖੜਦਾ, ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ, ਇਹ ਗਲਤ ਹੈ ਇਹਦੇ ਚ। ਬਹੁਤ ਘੱਟ ਬੰਦੇ ਨੇ ਜਿਹੜੇ ਇਸ ਤਰ੍ਹਾਂ ਪੰਜਾਬ ਦੇ ਲਈ ਬੋਲਦੇ ਨੇ। ਹੁਣ ਇਹ ਕਹਿ ਕੇ ਜੀ ਇਹ ਕੋ ਆਮ ਆਦਮੀ ਪਾਰਟੀ ਦਾ ਕੋਈ ਗਊ ਰੱਖਿਆ ਦਲ ਜਾਂ ਗਊ ਕਮਿਸ਼ਨ ਦਾ ਮੈਂਬਰ ਸੀ, ਉਹ ਤੋਂ ਪਤਾ ਲੱਗਦਾ ਵੀ ਇਹਨੂੰ ਫਸਾਇਆ ਗਿਆ, ਕਹਿੰਦੇ ਜੀ ਸਾਡੀਆਂ ਭਾਵਨਾਵਾਂ ਤੇ ਸੱਟ ਮਾਰੀ ਜੋ ਵੀ ਹੈ। ਤੇ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਜੇਲ੍ਹ ਚ ਬੰਦ ਹੈ। ਹੁਣ ਪਟਿਆਲਾ ਜੇਲ੍ਹ ਚ ਬੰਦ ਦੇ ਵਿਰੋਧ ਦੇ ਵਿੱਚ ਵੀ ਗਲਤ ਫੜਿਆ, ਜਦ ਕੇਸ ਰੱਦ ਕੀਤਾ ਜਾਵੇ, ਇੱਥੇ ਸਮਾਜਿਕ ਕਾਰਕੁਨ ਜਿਹੜੇ ਇਕੱਠੇ ਹੋਏ, ਬੁੱਧੀਜੀਵੀ ਇਕੱਠੇ ਹੋਏ, ਮਨੁੱਖੀ ਅਧਿਕਾਰ ਜਥੇਬੰਦੀਆਂ, ਜਮਹੂਰੀ ਜਥੇਬੰਦੀਆਂ ਜਿਹਨੂੰ ਕਹਿ ਦਿੰਦੇ, ਭਾਰਤੀ ਕਿਸਾਨ ਯੂਨੀਅਨਾਂ ਜਿਹੜੀਆਂ ਉਹ ਜਥੇਬੰਦੀਆਂ, ਸਭ ਨੇ ਜਿਹੜਾ ਹੈ ਉਹ ਪਟਿਆਲਾ ਜਿੱਥੇ ਬੰਦ ਹੈ ਜੇਲ੍ਹ ਦੇ ਸਾਹਮਣੇ ਧਰਨਾ ਲਾਇਆ, ਭਾਸ਼ਣ ਹੋਏ, ਉਹਦੇ ਚ ਪੋਲੀਟੀਕਲ ਬੰਦੇ ਵੀ ਆਏ ਸੀ, ਸੁਖਪਾਲ ਸਿੰਘ ਖਾਰਾ ਬੋਲ ਰਿਹਾ ਸੀ, ਪ੍ਰਤਿਖਾ ਬੋਲਿਆ ਸੁਖਪਾਲ ਸਿੰਘ ਖਾਰਾ, ਡਾਕਟਰ ਧਰਮਵੀਰ ਗਾਂਧੀ ਉੱਥੇ ਸੀ, ਤੇ ਜਿਹੜੇ ਕਿਸਾਨ ਲੀਡਰਾਂ ਚ ਡਾਕਟਰ ਦਰਸ਼ਨਪਾਲ ਉੱਥੇ ਸੀ, ਉਹ ਬੋਲੇ। ਯਾਨੀ ਇਹ ਬਹਿਸਤਾ ਉਹਨਾਂ ਨੇ ਆਪ ਹੀ ਕੀਤਾ, ਪਰ ਇਹਦਾ ਭਰਾ ਪੱਤਰਕਾਰ ਹੈ ਰਣਜੀਤ ਸਿੰਘ, ਉਹ ਉੱਥੇ ਸੀ, ਉਹਨੇ ਆਰਗੇਨਾਈਜ਼ ਕਰਨ ਚ ਮਦਦ ਕੀਤੀ, ਤੇ ਰਣਜੀਤ ਸਿੰਘ ਕੁੱਕੀਗਲ ਉਹ ਉੱਥੇ ਸੀ, ਔਰ ਜਗਦੇਵ ਸਿੰਘ ਕਮਾਲੂ, ਮਤਲਬ ਵੱਡੀ ਗਿਣਤੀ ਚ ਲੋਕ ਸੀ, ਤੇ ਇਸ ਕਰਕੇ ਸਭ ਦਾ ਨਾਮ ਲੈਣਾ ਤਾਂ ਮੁਸ਼ਕਲ ਹੈ, ਪਰ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕਾਫੀ ਦਿਨਾਂ ਬਾਅਦ ਜਿਹੜਾ ਆਪਣੇ ਆਪ ਵਿਰੋਧ, ਜਦੋਂ ਲੁਧਿਆਣੇ ਉਹ ਕਾਲਾ ਪਾਣੀ ਦਾ ਹੋਇਆ ਜਾਂ ਇਹ ਹੋਇਆ, ਜਿਹੜੇ ਲੋਕ ਕਰਦੇ ਨੇ, ਪਰ ਇਹ ਗੱਲ ਸਰਕਾਰ ਲਈ, ਮਾਨ ਸਰਕਾਰ ਲਈ ਬੜੀ ਮੁਸ਼ਕਲ ਬਣ ਜਾਂਦੀ। ਕਿਹਦੇ ਕਿਹਦੀ ਸ਼ਿਕਾਇਤ ਹੋਈ, ਕਿਵੇਂ ਹੋਇਆ ਸਾਰਾ ਕੁਛ, ਸ਼ਿਕਾਇਤ ਤੋਂ ਇੱਕਦਮ ਐਕਸ਼ਨ ਕਿਵੇਂ ਹੋਇਆ, ਸਾਰੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਬਹੁਤ ਜ਼ਰੂਰੀ ਹੈ। ਇਹਦਾ ਮਤਲਬ ਤੁਸੀਂ ਬੋਲ ਹੀ ਨਹੀਂ ਸਕਦੇ,
ਜੇ ਇਹ ਗੱਲ ਜਿਵੇਂ ਮਾਲੀ ਫੜਿਆ ਗਿਆ ਹੈ ਤਾਂ ਫਿਰ ਤਾਂ ਕੋਈ ਵੀ ਬੋਲ ਨਹੀਂ ਸਕਦਾ ਸੀ, ਕੋਈ ਵੀ ਬੰਦਾ, ਕੋਈ ਵੀ ਪੱਤਰਕਾਰ, ਕੋਈ ਕੁਛ ਗੱਲ ਹੀ ਨਹੀਂ ਕਰ ਸਕਦਾ ਫਿਰ ਤਾਂ ਉਹਦੇ ਵਿੱਚ। ਸੋ ਵਿਰੋਧ ਵੱਧ ਰਿਹਾ, ਮੁਸ਼ਕਲਾਂ ਸਰਕਾਰ ਦੀਆਂ ਵੀ ਵੱਧ ਜਾਣੀਆਂ ਨੇ ਇਹਦੇ ਨਾਲ। ਗੁਰਮੀਤ ਰਾਮ ਰਹੀਮ, ਇਹ ਜਿਹੜਾ ਸਿਰਸਾ ਡੇਰੇ ਵਾਲਾ ਹੈ, ਕੋਈ ਇਹਨੂੰ ਸੌਦਾ ਸਾਧ ਜੋ ਵੀ ਇਹਨੂੰ ਕਹਿਣਾ ਕਹੀ ਚਲੋ, ਇਹ ਵੀ ਆਪਣੇ ਆਪ ਚ ਕੀ ਚੀਜ਼ ਹੈ, ਇਹ ਪਤਾ ਹੀ ਨਹੀਂ ਵੀ ਇਹ ਸੰਤ ਹੈ, ਕੀ ਹੈ, ਐਕਟਰ ਹੈ, ਸਿੰਗਰ ਹੈ, ਸਭ ਕੁਛ ਹੀ ਹੈ। ਤੋ ਇਹ ਗੁਰਮੀਤ ਰਾਮ ਰਹੀਮ ਨੇ ਹੁਣ ਫਿਰ ਪੈਰੋਲ ਮੰਗ ਲਈ, ਹੁਣ 20 ਦਿਨ ਦੀ ਪੈਰੋਲ ਮੰਗੀ ਹੈ। ਹੁਣ ਅਗਸਤ ਚ 21 ਦਿਨ ਦੀ ਫਰਲੋ ਕੱਟ ਕੇ ਗਿਆ, ਪਿਛਲੇ ਮਹੀਨੇ ਬੜਾ ਰੌਲਾ ਪਿਆ ਸੀ ਉਦੋਂ। ਪਰ ਕੋਰਟ ਵੀ, ਹਾਈਕੋਰਟ ਕਦੇ ਤਾਂ, ਹਾਈਕੋਰਟ ਤਾਂ ਜਦੋਂ ਬੈਂਚ ਬਦਲ ਜਾਂਦਾ, ਉਹਦੇ ਜਿਹੜੇ ਬਦਲ ਜਾਂਦੇ ਨੇ ਡਿਸੀਜਨ ਵੀ, ਕਦੇ ਤਾਂ ਕੋਰਟ ਕਹਿੰਦੀ ਸੀ ਵੀ ਤੁਸੀਂ ਆ ਜਿਹੜੀ ਫਰਲੋ ਦਿੰਦੇ ਹੋ ਸਾਨੂੰ ਪੂਰੀ ਲਿਸਟ ਦਿਓ, ਬਾਕੀਆਂ ਨੂੰ ਵੀ ਦਿੰਦੇ ਹੋ, ਇਹਨੂੰ ਇਕੱਲੇ ਨੂੰ ਕਿਉਂ ਦਿੰਦੇ ਹੋ। ਤੇ ਫਿਰ ਹੁਣ ਕਹਿੰਦੇ ਜੀ ਅਚਨਚੇਤ ਤੇ ਜ਼ਰੂਰੀ ਚਿੱਠੀ ਲਿਖੀ ਹੈ, ਇਹਨੂੰ ਜ਼ਰੂਰੀ ਹੈ, ਫਿਰ ਜਦੋਂ ਆਊਗਾ ਫਿਰ ਯੂਪੀ ਦੀ ਭਾਗਵਤ ਇਹਦਾ ਆਸ਼ਰਮ ਆ ਉੱਥੇ ਰਹੂਗਾ ਤੇ ਫਿਰ ਆਪਣੇ ਚੇਲਿਆਂ ਨੂੰ ਮੈਸੇਜ ਲਾਊਗਾ ਕਿ ਵੋਟ ਪਾਓ ਭਾਈ, ਭਾਰਤੀ ਜਨਤਾ ਪਾਰਟੀ ਨੇ ਮੈਨੂੰ ਛੱਡਿਆ, ਜੇ ਇਹਦੀ ਪੈਰੋਲ ਆ ਜਾਂਦੀ ਹੈ ਤਾਂ ਉਹਨੇ ਮੰਗੀ ਹੈ। ਹੁਣ ਆਪਾਂ ਅੱਗੇ ਅਗਲੀ ਖਬਰ, ਆਈਫਾ ਅਵਾਰਡ, ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਅਵਾਰਡ, ਆਈਫਾ, ਇਹ 2024 ਦੇ ਅਵਾਰਡ ਨੇ, ਆਬੂਧਾਬੀ ਚ ਸਮਾਗਮ ਹੋਇਆ ਸੀ ਤੇ ਉੱਥੇ ਫਿਰ ਜਿਹੜੇ ਅਵਾਰਡ ਦਿੱਤੇ ਗਏ ਉਹਨਾਂ ਚੋਂ ਬੇਨ ਬੇਨ ਦੱਸ ਦਿੰਦਾ, ਸ਼ਾਹਰੁਖ ਖਾਨ, ਇਹਦੀ ਫਿਲਮ ਹੈ ਜਵਾਨ, ਜਵਾਨ ਫਿਲਮ ਦੇ ਵਿੱਚ ਇਹਦੀ ਵਧੀਆ ਐਕਟਿੰਗ ਲਈ ਇਹਨੂੰ ਅਵਾਰਡ ਮਿਲਿਆ, ਜਿਹੜੀ ਅਦਾਕਾਰੀ ਲਈ ਐਕਟਿੰਗ ਦਾ ਅਵਾਰਡ। ਤੇ ਇਸੇ ਤਰ੍ਹਾਂ ਰਣਵੀਰ ਕਪੂਰ ਨੂੰ ਮਿਲਿਆ, ਇਹਦੀ ਫਿਲਮ ਹੈ ਐਨੀਮਲ, ਇਹਨੂੰ ਫਿਲਮ ਅਵਾਰਡ ਮਿਲਿਆ। ਸ਼ੇਰ ਆਜੂ ਪੰਜਾਬੀ ਗਾਇਕ ਹੈ, ਇਹਦੇ ਚ ਐਨੀਮਲ ਕਾਫੀ ਇਹਦੇ ਚੋਂ ਗਾਣਾ ਬੱਚਿਆਂ ਦਾ ਇੱਕ ਵੀ ਯਾਦ ਸੀ ਭੁਪਿੰਦਰ ਬੱਬਲ ਦਾ ਜਿਹੜਾ ਗਾਇਆ ਸੀ ਕਿ ਅਰਜਨ ਬੈਲੀ ਨੇ ਹੱਥ ਜੋੜ ਕੇ ਗੁਲਾਸੀ ਮਾਰੀ, ਬੜਾ ਪਾਪੂਲਰ ਗੀਤ ਬਣਾਇਆ ਸੀ ਉਹਨੂੰ, ਜਿਹਨੇ ਗਾਇਆ ਸੀ ਜਿਹਨੂੰ ਕਹਿੰਦੇ ਪਿੱਠਵਰਤੀ ਗਾਇਕ। ਸੋ ਜਿਹੜਾ ਸਰਵੋਤਮ ਪਿੱਠਵਰਤੀ ਗਾਇਕ ਇਹ ਬਣਿਆ ਉਹਨੂੰ ਇਨਾਮ ਦਿੱਤਾ। ਫਿਰ ਨੈਗੇਟਿਵ ਜਿਹੜੀ ਐਕਟਿੰਗ ਵਿਲਨ ਜਿਹਨੂੰ ਕਹਿ ਦਿੰਦੇ ਆ, ਇਹਦੇ ਚ ਬਾਬੀ ਦਿਓਲ, ਉਹ ਵੀ ਐਨੀਮਲ ਚ ਉਹਨੂੰ ਮਿਲਿਆ। ਸਵਾਨਾਜ ਵੀ ਨੂੰ ਮਿਲਿਆ, ਬੜੀ ਵੱਡੀ ਐਕਟਰ ਹੈ, ਅਦਾਕਾਰ ਹੈ। ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ, ਹੀਰੋ ਤਾਂ ਨਹੀਂ ਹੈ, ਸਹਾਇਕ ਕਲਾਕਾਰ ਰਹਿ ਗਈ, ਹੁਣ ਉਮਰ ਹੋ ਗਈ ਨਾ ਹੁਣ। ਤੇ ਜਿਹੜੇ ਹੀਰੋਇਨ ਚ ਮਿਲਿਆ ਉਹ ਰਾਣੀ ਮੁਖਰਜੀ ਨੂੰ ਮਿਲਿਆ, ਮਿਸਿਸ ਚੈਟਰਜੀ ਵਰਸਸ ਨਾਰਵੇਲੇ ਜਿਹਨੂੰ ਮਿਲਿਆ। ਸੋ ਇਹ ਉੱਥੇ ਅਵਾਰਡ ਵੰਡੇ ਗਏ ਨੇ, ਵੱਡੇ ਅਵਾਰਡ ਹੁੰਦੇ ਨੇ। ਹੁਣ ਜੋ ਫਿਲਮਾਂ ਦੀ ਗੱਲ ਚੱਲੀ ਹੈ, ਕਲਾਕਾਰਾਂ ਦੀ ਗੱਲ ਚੱਲੀ ਹੈ, ਆਪਾਂ ਪੰਜਾਬੀ ਕਲਾਕਾਰ ਦੀ ਵੀ ਗੱਲ ਕਰ ਲਈਏ, ਦਲਜੀਤ ਦੀ। ਦਲਜੀਤ ਕਾਫੀ ਮਹਿੰਗਾ ਹੋ ਗਿਆ, ਹੁਣ ਵੱਡਾ ਨਾਂ ਹੋ ਗਿਆ, ਦੁਨੀਆਂ ਚ ਨਾਂ ਹੋ ਗਿਆ,
ਮਾਨਚੈਸਟਰ ਚ ਉਹਦਾ ਸ਼ੋਅ ਸੀ, ਦਿਲ ਲੁਮਿਨਾਟੀ ਸ਼ੋਅ ਜਿਹੜੇ ਤੇ ਚੱਲ ਰਹੇ ਨੇ, ਉੱਥੇ ਪਹਿਲੀ ਵਾਰ ਲੋਕਾਂ ਨੇ ਦੇਖਿਆ ਇਹਦੀ ਮਾਂ ਤੇ ਭੈਣ ਉੱਥੇ ਆਈਆਂ ਸੀ ਸ਼ੋਅ ਦੇਖਣ। ਇਹਨੇ ਵੀ ਆਪਣੇ ਪਰਿਵਾਰ ਨੂੰ ਪਹਿਲੀ ਵਾਰ ਲੋਕਾਂ ਨਾਲ ਮਿਲਾਇਆ, ਪਰਿਵਾਰ ਬਾਰੇ ਦੱਸਿਆ, ਆਪਦੀ ਮਾਂ ਬਾਰੇ ਦੱਸਿਆ, ਭਾਵੁਕ ਹੋ ਕੇ ਦੱਸਿਆ, ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ, ਜਾਨ ਤੇਰੇ ਕਦਮਾਂ ਚ ਰੱਖੀ ਹੋਈ ਹੈ, ਇਹ ਗਾਣਾ ਗਾਇਆ। ਭੈਣ ਸੀ ਮਾਂ ਸੁਖਵਿੰਦਰ ਕੌਰ ਹੈ, ਜਫੀ ਪਾਈ, ਮਾਂ ਨੇ ਮੱਥਾ ਚੁੰਮਿਆ, ਪਿਆਰ ਦਿੱਤਾ, ਲੋਕ ਵੀ ਭਾਵੁਕ ਹੋ ਗਏ, ਕਿਉਂਕਿ ਇਹਦਾ ਕਾਰਨ ਇੱਕ ਇਹ ਵੀ ਸੀ, ਇੱਕ ਰਣਵੀਰ ਇਲਾਹਾਬਾਦੀ ਹੈ, ਪੋਡਕਾਸਟਰ ਹੈ, ਉਹਨੇ ਪੋਡਕਾਸਟ ਕੀਤਾ, ਉਹਦੇ ਚ ਇਹਨੇ ਦੱਸਿਆ ਸੀ ਜਦੋਂ ਮੈਂ 11 ਸਾਲ ਦਾ ਸੀ ਨਾ, ਉਸ ਵੇਲੇ ਮੈਂ ਘਰ ਛੱਡਦਾ ਸੀ, ਜਾਂ ਕਹਿ ਦਓ ਵੀ ਮੈਨੂੰ ਬਿਨਾਂ ਪੁੱਛੇ ਮੈਨੂੰ ਤੋੜਤਾ ਸੀ ਮੇਰੇ ਮਾਮੇ ਨਾਲ ਲੁਧਿਆਣੇ। ਹੁਣ ਲੁਧਿਆਣੇ ਕਹਿੰਦਾ ਮੈਂ ਆ ਗਿਆ, ਨਾ ਉੱਥੇ ਕੋਈ ਟੀਵੀ, ਨਾ ਮੇਰੇ ਕੋਲ ਕੋਈ ਫੋਨ, ਤੇ ਮੈਂ ਬਸ ਆਪਦਾ ਬੱਚਾ ਉੱਥੇ ਰਹਿ ਰਿਹਾ, ਤੇ ਮੈਨੂੰ ਨੀ ਪੁੱਛਿਆ। ਇਹ ਵੀ ਉਹਨੇ ਪੋਡਕਾਸਟ ਚ ਗੱਲ ਕਹੀ ਹੈ, ਤੇ ਬਹੁਤ ਮੈਂ ਕਹਿੰਦਾ ਪਰਿਵਾਰ ਨਾਲ ਹੀ ਟੁੱਟ ਗਿਆ, ਰਿਸ਼ਤਾ ਹੀ ਟੁੱਟ ਗਿਆ ਸੀ ਕਹਿੰਦਾ ਮੇਰਾ ਮਾਂ ਨਾਲ ਭੈਣ ਨਾਲ। ਤੇ ਹੁਣ ਫਿਰ ਜਦੋਂ ਇਹੋ ਜਿਹੇ ਹਾਲਾਤ ਹੋਣ, ਦੁਬਾਰਾ ਫਿਰ ਮਾਂ ਨੂੰ ਜਦੋਂ ਓਨ ਕੀਤਾ ਮਿਲਿਆ, ਭਾਵੁਕਤਾ ਦਾ ਤਾਂ ਹੋ ਹੀ ਜਾਂਦੀ ਹੈ। ਤੇ ਉੱਥੇ ਹੁਣ ਆਪਾਂ ਆ ਜਾਓ ਅਗਲੀ ਖਬਰ ਲਾਅ ਯੂਨੀਵਰਸਿਟੀ ਦੀ। ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਇਹਨੂੰ ਅਸੀਂ ਕਹਿੰਦੇ ਹੁੰਦੇ ਹਾਂ ਫਾਲੋ ਅਪ ਸਟੋਰੀ। ਫਾਲੋ ਅਪ ਸਟੋਰੀ ਦਾ ਮਤਲਬ ਹੁੰਦਾ ਹੈ ਕਿ ਜੋ ਕੁਛ ਚੱਲ ਰਿਹਾ ਜਿਹੜੀ ਖਬਰ ਹੈ ਉਹਦਾ ਅੱਗੇ ਕੀ ਬਣਿਆ, ਅੱਗੇ ਕੀ ਬਣਨਾ ਹੈ ਲਾਅ ਯੂਨੀਵਰਸਿਟੀ ਦਾ। ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਵਿੱਚ ਕੱਲ 7ਵਾਂ ਦਿਨ ਸੀ ਸਟ੍ਰਾਈਕ ਦਾ, ਕੁੜੀਆਂ ਬੈਠੀਆਂ ਨੇ ਸਟ੍ਰਾਈਕ, ਮੰਗ ਹੈ ਕਿ ਵਾਈਸ ਚਾਂਸਲਰ ਨੂੰ ਕੱਢੋ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਵੀ ਲਿਖਤਾ ਵੀ ਕੱਢ ਦੋ ਰਾਸ਼ਟਰਪਤੀ ਨੂੰ, ਤੇ ਬਾਕੀ ਲੀਡਰ ਵੀ ਕਹਿ ਰਹੇ ਨੇ। ਮਾਨ ਸਾਹਿਬ ਨੇ ਵੀ ਗੱਲ ਕੀਤੀ ਫੋਨ ਤੇ ਕਿ ਤੁਹਾਨੂੰ ਇਨਸਾਫ ਮਿਲੂ, ਤੇ ਕੱਲ ਡਾਕਟਰ ਧਰਮਵੀਰ ਗਾਂਧੀ ਉੱਥੇ ਪਹੁੰਚ ਗਏ। ਗਾਂਧੀ ਸਾਹਿਬ ਤਾਂ ਫਿਰ ਤੁਹਾਨੂੰ ਮੈਂ ਦੱਸਿਆ ਵੀ ਪਹਿਲਾਂ ਮਾਲੀ ਦੇ ਉੱਥੇ ਗਏ, ਫਿਰ ਉੱਥੇ ਨਾਲ ਹੀ ਹੈ ਥੋੜਾ ਜਿਹਾ ਅੱਗੇ ਜਾ ਕੇ, ਤੇ ਕਹਿੰਦੇ ਜੀ ਆਹ ਬੜਾ ਵਾਈਸ ਚਾਂਸਲਰ ਦਾ ਕੰਮ ਡਾਕਟਰ ਧਰਮਵੀਰ ਗਾਂਧੀ ਵਧੀਆ ਫੈਲਾ ਰਿਹਾ। ਕਹਿੰਦਾ ਹੁਣ ਕੁੜੀਆਂ ਨੂੰ ਪੁਰਾਣੇ ਰੂੜੀਵਾਦੀ ਯੁੱਗ ਚ ਰਹਿਣ ਨੂੰ ਫਿਰਦਾ ਹੈ, ਰੱਖਣ ਨੂੰ ਫਿਰਦਾ ਹੈ, ਕੋਈ ਅਧਿਕਾਰ ਨਹੀਂ ਦੇਣਾ ਚਾਹੁੰਦਾ, ਪਹਿਰਾਵੇ ਤੇ ਕੁੜੀਆਂ ਦੇ ਪਹਿਰਾਵੇ ਤੇ ਕਮੈਂਟ ਕਰਦਾ, ਇਹ ਸੰਸਥਾ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ। ਜੋ ਡਾਕਟਰ ਧਰਮਵੀਰ ਗਾਂਧੀ ਨੇ ਕੁੜੀਆਂ ਦੇ ਹੱਥ ਚ ਬੋਲਿਆ ਜਾ ਸਕਦਾ ਸੀ ਉਹ ਉੱਥੇ ਬੋਲਿਆ। ਅਗਲੀ ਖਬਰ ਆਪਾਂ ਲਵਾਂਗੇ ਕੈਨੇਡਾ ਦੀ। ਕੈਨੇਡਾ ਦਾ ਦੇ ਕਿਊਬਕ ਸੂਬੇ ਦੇ ਵਿੱਚ ਜਿਹੜਾ ਫਰੈਂਚ ਡੋਮੀਨੇਟਡ ਸੂਬਾ, ਉੱਥੇ ਬੋਲੀ ਵੀ ਫਰੈਂਚ ਚੱਲਦੀ, ਉੱਥੇ ਕਹਿੰਦੇ ਜੀ ਪੱਗ ਨੀ ਬੰਨਣੀ ਤੁਸੀਂ ਪੌਦੀ ਲੱਗ ਗਈ। ਮੈਂ ਜਿਹੜੀ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਕੱਲੀ ਪੱਗ ਤੇ ਰੇਤ ਲੱਗੀ, ਜਿਹੜਾ ਬਿੱਲ ਨੰਬਰ 21 ਆ ਨਾ ਜਿਹਦੇ ਤਹਿਤ ਇਹ ਕਿਹਾ, ਤਾਂ ਉਹ ਕੱਲੇ ਸਿੱਖਾਂ ਲਈ ਨਹੀਂ ਕਿਹਾ, ਉਹਨਾਂ ਨੇ ਕਿਹਾ ਵੀ ਕੋਈ ਵੀ ਧਾਰਮਿਕ ਚਿੰਨ੍ਹ ਪਾ ਕੇ ਕੰਮ ਨਹੀਂ ਕਰੋ। ਉਹਦੇ ਚ ਸਿੱਖ ਵੀ ਆ ਗਏ, ਦਸਤਾਰ ਵੀ ਆ ਗਈ, ਕਿਰਪਾਨ ਵੀ ਆ ਗਈ, ਸਾਰੇ ਕਕਾਰ ਆ ਗਏ,
ਤੇ ਮੁਸਲਮਾਨਾਂ ਲਈ ਹਿਜਾਬ ਆ ਗਿਆ, ਯਹੂਦੀਆਂ ਲਈ ਯਰਮੁਲਕੇ ਆ ਗਿਆ, ਈਸਾਈਆਂ ਲਈ ਕ੍ਰਾਸ ਆ ਗਿਆ, ਸਾਰਿਆਂ ਲਈ ਆ, ਪੱਗ ਵੀ ਹੈ ਇਹਦੇ ਚ। ਹੁਣ ਜਿਹੜੀ ਗਲੋਬਲ ਸਿੱਖ ਕੌਂਸਲ ਨੇ ਨਿਖੇਧੀ ਕੀਤੀ, ਬਿਲਕੁਲ ਨਿਖੇਧੀ ਕਰਨੀ ਬਣਦੀ ਹੈ। ਗਲੋਬਲ ਕੌਂਸਲ ਤਾਂ SGPC ਨੂੰ ਵੀ ਕਹਿੰਦੀ ਹੈ, SGPC ਦੇ ਇੱਥੇ ਤਾਂ ਕੁਛ ਸੁਣਦਾ ਨਹੀਂ, ਜਿਸ ਤਰ੍ਹਾਂ ਦਾ ਹੁਣ ਲੈਵਲ ਹੋ ਗਿਆ ਸੰਸਥਾ ਦਾ, ਚਲੋ ਖੈਰ ਮਤਲਬ ਦਾ ਉੱਥੇ ਵਿਰੋਧ ਹੋਇਆ। ਅਗਲੀ ਖਬਰ ਆਪਾਂ ਸਕੂਲਾਂ ਦੀ ਲੈ ਲਈਏ। 1 ਅਕਤੂਬਰ ਤੋਂ ਮਤਲਬ ਸਮਾਂ ਬਦਲਣ ਦੀ ਗੱਲ ਸੀ, ਉਹ ਬਦਲਤਾ। ਸੈਕੰਡਰੀ ਸਕੂਲ ਸਵੇਰੇ 8:30 ਵਜੇ ਲੱਗਿਆ ਕਰਨਗੇ, 2:50 ਤੇ ਛੁੱਟੀ ਹੋਇਆ ਕਰੋ, ਤਾਂ ਬਸ ਫਰਕ ਕੋਈ ਜ਼ਿਆਦਾ ਨਹੀਂ। ਪ੍ਰਾਇਮਰੀ ਸਕੂਲ ਵੀ 8:30 ਹੀ ਲੱਗਣਗੇ, 2:30 ਛੁੱਟੀ ਹੋ ਜੂ, ਬਸ ਇੰਨਾ ਕੀ ਫਰਕ। ਤੇ ਆ ਜਿਹੜੇ ਹੁਣ ਪ੍ਰੋਫੈਸਰ 1158 ਪ੍ਰੋਫੈਸਰ ਜਿਹੜੇ ਸੀ, ਹੁਣ ਹਾਈਕੋਰਟ ਨੇ ਕਲੀਅਰ ਕੀਤੇ, ਉਹਨਾਂ ਨੂੰ ਮਤਲਬ ਜੁਆਇਨ ਕਰਾ ਲਿਆ। ਇਹਨਾਂ ਨੇ ਰਾਤਾਂ ਨੂੰ ਜੁਆਇਨ ਕਿਉਂ ਕਰਾਇਆ ਭਾਈ? ਇਹ ਉਹਨਾਂ ਡਰਦਾ ਹੈ ਜਿਹੜੇ ਜੁਆਇਨ ਕਰ ਜਾਣਗੇ ਵੱਜ ਜਾਣਗੇ, ਨਹੀਂ ਤਾਂ ਕੋਈ ਸਟੇ ਲੈ ਆਉਂਦੇ ਨੇ, ਇਸ ਕਰਕੇ ਉਹਨੇ ਜੁਆਇਨ ਜਿਹੜਾ ਰਾਤ ਨੂੰ ਕਰਾਇਆ। ਤੇ ਅਦਰਵਾਈਜ਼ ਤਾਂ ਕੋਈ ਏਡੀ ਗੱਲ ਨਹੀਂ ਸੀ। ਦੇਖੋ ਇੰਟਰਨੈਸ਼ਨਲ ਲੈਵਲ ਤੇ ਇਜ਼ਰਾਈਲੀ ਹਮਲੇ ਜਿਹੜੇ ਨੇ ਲਗਾਤਾਰ ਚੱਲ ਰਹੇ ਨੇ। ਹਿਜ਼ਬੁੱਲਾ ਮਾਰਿਆ ਗਿਆ, ਹਿਜ਼ਬੁੱਲਾ ਦਾ ਇੱਕ ਹੋਰ ਸੀਨੀਅਰ ਨੇਤਾ ਮਾਰਿਆ ਗਿਆ, ਤਾਂ ਤੁਹਾਨੂੰ ਪਤਾ ਕਿ ਪਹਿਲਾਂ ਹਿਜ਼ਬੁੱਲਾ ਦਾ ਮੁਖੀ ਹਸਨ ਨਸਰੱਲਾ ਉਹ ਵੀ ਗਿਆ, 7-8 ਉਹਨਾਂ ਦੇ ਸੀਨੀਅਰ ਬੰਦੇ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਨੇ। ਤੇ ਨੇਪਾਲ ਦੇ ਵਿੱਚ ਹੜਾ ਵੀ, ਦੇਖੋ ਇਹ ਇੰਨੇ ਚ 170 ਜਿਹੜੇ ਹੈ ਮੌਤਾਂ ਹੋ ਚੁੱਕੀਆਂ ਨੇ। ਹੁਣ ਨਾਲ ਬਿਹਾਰ ਚ ਵੀ ਡਰ ਲੱਗਦਾ ਹੈ, ਬਿਹਾਰ ਚ ਵੀ ਅਲਰਟ ਤਾਂ ਜਾਰੀ ਕਰਤਾ। ਤੇ ਤੁਹਾਨੂੰ ਯਾਦ ਹੀ ਹੋ, 2 ਇੰਟਰਵਿਊ ਆਈਆਂ ਸੀ ਇਹਦੀਆਂ, ਲਾਰੈਂਸ ਬਿਸ਼ਨੋਈ ਦੀਆਂ, ਤੇ 1 ਇੰਟਰਵਿਊ ਤਾਂ ਖਰੜ ਹੋਈ ਸੀ, ਦੂਜੀ ਜੈਪੁਰ ਹੋਈ ਸੀ। ਖਰੜ ਵਾਲੀ ਤਾਂ ਸਿੱਟ ਵੀ ਬਣਾ ਤੀ, ਰੌਲਾ ਰੱਪਾ ਪੈ ਗਿਆ, 4 ਪੁਲਿਸ ਵਾਲੇ ਵੀ ਮਤਲਬ ਕਰਤੇ। ਤੇ ਹੁਣ ਜੈਪੁਰ ਚ ਜਿਹੜੀ ਹੋਈ ਸੀ ਉਹਤੇ ਵੀ FIR ਲੌਂਚ ਹੋ ਗਈ, ਹੋਣੀ ਹੈ। ਇਹ ਤਾਂ ਜਦੋਂ ਜਿਹਦੇ ਵਿੱਚ ਹਾਈ ਕੋਰਟ ਜਾਂ ਕੋਰਟ ਇਨਵੋਲਵ ਹੋ ਗਏ ਉਹਦੇ ਹੁੰਦੀ ਹੈ, ਉਹ ਕਿੰਨਾ ਕੰਮ ਹੁੰਦਾ। ਸੋ ਪਹਿਲੇ ਦਰਸ਼ਕੋ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਕਰਦੇ ਹਾਂ, ਮਿਲਦੇ ਹਾਂ ਕੱਲ੍ਹ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।